ਸਾਸ੍ਰੀ ਕਾਲ ਜੀ ਤੁਸੀਂ ਵੇਖ ਰਹੇ ਹੋ ਪੰਜਾਬ ਮੇਂ ਯੂਐਸਏ ਟੀਵੀ ਮੈਂ ਹਾਂ ਸੰਜੀਵ ਯਸ਼ਕਰਨਾ ਮੇਰੇ ਨਾਲ ਨੇ ਜਤਿੰਦਰ ਖੈਰਾ ਤੁਹਾਡਾ ਸਾਰਿਆਂ ਦਾ ਸਵਾਗਤ ਕਰੰਟ ਨਿਊਜ਼ ਐਂਡ ਨਿਊਜ਼ ਦੇ ਵਿੱਚ ਸੋ ਖੈਰਾ ਸਾਹਿਬ ਮੈਂ ਸੋਚਿਆ ਕਿ ਤਾਨੂੰ ਪੁੱਛੀ ਲਵਾਂ ਚੱਲਿਓ ਫਿਰ ਦਿੱਲੀ ਅੱਜ ਤੋਂ ਵੋਲਵੋ ਸ਼ੁਰੂ ਹੋ ਰਹੀ ਹੈ ਨੇ ਕਹਿੰਦੇ ਸੀ 15 ਜੂਨ ਤੋਂ ਸ਼ੁਰੂ ਹੋ ਰਹੀਆਂ ਨੇ ਵੈਸੇ ਫੋਰਚੂਨੇਟਲੀ ਮੈਂ ਚੱਲ ਰਿਹਾ ਹਾਂ ਚੱਲ ਰਿਹਾ ਹਾਂ ਦਿੱਲੀ ਚੱਲ ਰਿਹਾ ਤੇ ਵੈਸੇ ਤੁਸੀਂ ਮੈਨੂੰ ਦੱਸ ਦਿੱਤਾ ਤੁਸੀਂ ਮੈਨੂੰ ਡਰਾ ਵੀ ਦਿੱਤਾ ਵੀ ਬੱਸ ਸਟੈਂਡ ਦੇ ਉੱਤੇ ਰੱਜਾ ਬਹੁਤ ਆ ਕਿਉਂਕਿ ਕੇਜਰੀਲ ਸਾਹਿਬ ਨੇ ਆਉਣਾ ਹੈ ਤੇ ਫਿਰ ਮੈਨੂੰ ਹੁਣ ਇਹ ਵੀ ਲੱਗਦਾ ਕਿ ਨਹੀਂ ਮੈਂ ਕੋਈ ਉਹ ਚੀਜ਼ਾਂ ਇਕੱਠੀਆਂ ਹੋ ਗਈਆਂ ਮੈਂ ਹੋਰ ਰੂਟ ਲੈ ਲਵਾਂ ਇੱਕ ਤਾਂ ਖੱਜਲਖੁਆਰੀ ਜ਼ਿਆਦਾ ਹੋ ਗਈਆਂ ਤੇ ਵੋਲਵੋ ਘੱਟ ਚੱਲੂਗੀ ਕਿਉਂਕਿ ਜਦੋਂ ਇਦਾਂ ਦੇ ਵੀਆਈਪੀਜ਼ ਲੀਡਰ ਆਉਦੇ ਨੇ ਤਾਂ ਫਿਰ सिक्योरिटी पर्पस सिक्योरिटी पर्पस नु लेके देखो एक ता है कि बड़ी खुशखबरी है कि आज तो 15 जून तो याने 15 जून तो मिथ्यासी दिन पंजाब सरकार ने के अब वॉल्वो दी फैसिलिटी मिलेगी एसी बसा दी अप टू दिल्ली और कंट्रोल्ड प्राइस दे उते कंट्रोल रेट्स दे उते ज्यादा खर्चा नहीं करना पड़ेगा क्योंकि प्राइवेट कंपनीज दी जड़ी बसेस ने बहुत महंगी पेंदियां ने ਕਈ ਵਾਰ ਤਾਂ ਕਈ ਲੋਕ ਮਜ਼ਾਕ ਕਰਦੇ ਨੇ ਕਿ ਫੋਰਨ ਕੰਟਰੀ ਜਾਣ ਦੇ ਪੈਸੇ ਨਹੀਂ ਬਚਦੇ ਯਾਰ ਸਾਰੇ ਇੱਥੇ ਟਿਕਟ ਤੇ ਖਰਚ ਕਰਦੇ ਆ। ਸੋ ਇਸ ਬਾਰੇ ਸਸਤਾ ਪਾਏਗਾ। ਚਲੋ ਇਹ ਇੱਕ ਇੱਕ ਚੰਗੀ ਚੀਜ਼ ਆ। ਮੈਨੂੰ ਲੱਗਦਾ ਕਿ ਅੱਜ ਮੈਂ ਉਹ ਵੀ ਖ਼ਬਰ ਪੜ੍ਹਦਾ ਸੀਗਾ ਕਿ ਹੁਣ ਜਿਹੜੇ ਲਰਨਿੰਗ ਲਾਇਸੈਂਸ ਆ ਉਹ ਵੀ ਆਨਲਾਈਨ ਬਣਨਗੇ, ਆਨਲਾਈਨ ਬਣਨਗੇ। ਬਣਾ ਵੀ ਤੁਸੀਂ ਫੀਸ ਦਿਓ ਆਪਣੇ ਘਰੇ ਆਪਣੇ ਫੋਨਾਂ ਤੋਂ, ਲੈਪਟਾਪਾਂ ਤੋਂ, ਫਲਾਨੇ ਤੋਂ ਉੱਤੇ ਆਪਣਾ ਅਪਲੋਡ ਕਰੋ ਆਧਾਰ ਕਾਰਡ ਤੋਂ ਉਸ ਤੋਂ ਬਾਅਦ ਕੁਝ ਮੇ ਪ੍ਰਦਾਨ ਸਰ ਦਿਓ। ਦ ਲਰਨਿੰਗ ਲਾਇਸੈਂਸ ਕਰਿਆ ਜਾਊਗਾ ਬਿਲਕੁਲ ਤੇ ਸੋਹਣੀ ਚੀਜ਼ਾਂ ਮਤਲਬ ਸਾਡਾ ਪੈਸਾ ਸਾਨੂੰ ਲੱਗੇ ਤੇ ਭਾਈ ਫਿਰ ਅਸਾਨੂੰ ਕੀ ਦੁਖੇ ਫੈਸਿਲਿਟੀ ਆ ਫੈਸਿਲਿਟੀ ਆ ਗੱਡ ਬੈਠਿਆਂ ਦੇ ਕੰਮ ਹੋ ਗਏ ਆ ਮੈਂ ਉਹੀ ਸੋਚ ਰਿਹਾ ਸੀਗਾ ਵੀ ਕਿਰਾਂ ਇੱਕ ਬੰਨੇ ਚਲੋ ਇਹ ਨਹੀਂ ਹੈਗਾ ਕਿ ਅਸੀਂ ਆਮ ਆਦਮੀ ਪਾਰਟੀ ਨੂੰ ਹਮੇਸ਼ਾ ਹੀ ਵਧਾਉਣ ਦੀ ਗੱਲ ਕਰਦੇ ਆ ਪਰ ਇੱਕ ਬੰਨੇ ਤੁਸੀਂ ਲਾ ਲਓ ਕਿ ਹੱਥ ਖੜੇ ਕਰੀ ਜਾਂਦਿਆਂ ਨੇ ਮਤਲਬ ਭਾਜਪੀ ਹੋ ਗਈ ਸ਼੍ਰੋਮਣੀ ਅਕਾਲੀ ਦਲ ਹੋ ਗਏ ਕਾਂਗਰਸ ਸਾਡੇ ਜਿੰਨੇ ਵੀ ਬਚੇ ਆ ਮੈਂ ਕਹੂੰਗਾ ਕਿਉਂਕਿ ਹੁਣ ਬਹੁਤੇ ਬੱਚੇ ਜਿੰਨੇ ਬਚੇ ਉਹ ਇਹ ਕਹੀ ਜਾਂਦੇ ਮਾਹੌਲ ਖਰਾਬ ਹੈ ਜੀ ਇਹਨਾਂ ਤੋਂ ਸਰ ਅਗਲੇ ਨਠਾਈ ਫਿਰਦੇ ਕਦੀ ਇੱਧਰ ਕਈ ਜਾਂਦੇ ਕਦੀ ਉੱਧਰ ਕਰੀ ਜਾਂਦੇ ਆ ਹੁਣ ਸਮਝ ਨਹੀਂ ਆਉਂਦਾ ਵੀ ਕੀ ਕਹੀਏ ਤੇ ਕੀ ਨਾ ਕਹੀਏ ਹਾਂ ਸਰਕਾਰ ਸ਼ਾਇਦ ਹੋਵੇ ਨਹੀਂ ਚੱਲੇ ਜਿਵੇਂ ਇਹ ਚਲਾਉਂਦੇ ਰਹੇ ਨੇ ਨਵੇਂ ਤਰੀਕੇ ਨਾਲ ਜ਼ਰੂਰ ਚੱਲਣੇ ਆ ਉਹ ਇਹ ਇਹ ਇਸੇ ਤਰੀਕੇ ਨਾਲ ਚਲਾਉਂਦੇ ਸੀ ਭਾਈ ਵੀ ਪਹਿਲੇ ਮਹੀਨਿਆਂ ਤੋਂ 2 ਮਹੀਨੇ ਆਏ ਆਪਾਂ ਦੇਖਿਆ ਨੇ ਵੀ ਬੜੇ ਸਾਰੇ ਜਿਹੜੇ ਨੇ ਹੁਣ ਜਿੱਦਾਂ ਚਲਾਉਂਦੇ ਅਸ਼ੋਤੋਸ਼ ਨਹੀਂ ਆਪਾਂ ਹੋਰ ਕਿਤੇ ਕੀ ਜਾਣਾ ਫੂਡ ਐਂਡ ਸਪਲਾਈ ਮਿਨਿਸਟਰ ਦੀ ਗੱਲ ਕਰ ਲੈਣੇ ਪੰਜਾਬ ਦੀ ਜੀ 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 ਤੇ ਉਹ ਜੀ ਹੁਣ ਬਲੈਂਕਟ ਬਲਾਂ ਜਿਹੜੀ ਜ਼ਮਾਨਤ ਹੁੰਦੀ ਆ ਉਹ ਪਹਿਲੇ ਲੈਣ ਨੂੰ ਫਿਰਦੇ ਆ ਕਿ ਕਪ ਬਲੈਂਕਟ ਬੇਲ ਹਾਂ ਕਹਿੰਦੇ ਜੀ ਕਪਲੇ ਬਹੁਤ ਆ ਜੀ ਤੇ ਹੁਣ ਕਰੋਨਾ ਦੇ ਤੁਸੀਂ ਹੁਣ ਇਦਾਂ ਥੋੜੀ ਸਰਕਾਰਾਂ ਚੱਲ ਇਹ ਇਦਾਂ ਚਲਾਉਣਾ ਚਾਹੁੰਦੇ ਆ ਉਹ ਅਗਲੇ ਹੁਣ ਹਿਸਾਬ ਨਾਲ ਚਲਾਉਣਾ ਚਾਹੁੰਦੇ ਆ ਤੇ ਫੇ ਭਾਈ ਹੁਣ ਤਾਂ ਇਹਨਾਂ ਤੋਂ ਤੁਝੜੇ ਹੀ ਆ ਬਿਲਕੁਲ ਪਹਿਲਾਂ ਵੀ ਕੋਰਟ ਨੇ ਇਸ ਚੀਜ਼ ਦਾ ਲੇਤਾ ਹੈ ਪੁਆਇੰਟ ਕਿ ਬਲੈਂਕਟ ਬੇਲ ਕੀ ਹੋਇਆ ਭਈ ਇਹ ਥੋੜਾ ਕਿ ਬੰਦਾ ਅਗੇ ਅੱਗੇ ਵੀ ਕੋਈ ਜੁਰਮ ਕਰੇਗਾ ਤੇ ਪਹਿਲਾਂ ਹੀ ਬੇਲ ਦੇ ਦਿਓ ਉਹਨੂੰ ਇਦਾਂ ਤੇ ਨਹੀਂ ਹੋ ਸਕਦਾ ਨਾ ਕਿਉਂਕਿ ਕਨਸਿਡਰੇਸ਼ਨ ਹੈ ਬੈਂਕਟ ਬੇਲ ਨਵਾਂ ਹੀ ਇੱਕ ਟਰਮ ਨੋਲਿਜ ਲੈ ਕੇ ਆ ਗਏ ਇਹ ਬਲੈਂਕਟ ਬੇਲ ਘਾਟਾ ਇਹ ਮੈਨੂੰ ਲੱਗਦਾ ਹੈ ਕਿ ਇਹਨਾਂ ਨੂੰ ਇਹ ਕਿਹਾ ਵੀ ਅਸੀਂ ਬੀਂਗਾ ਮਨਿਸਟਰ ਇੱਕ ਚੀਜ਼ ਹੁੰਦੀ ਹੈ ਵੀ ਤੁਹਾਨੂੰ ਇੰਟੀਮੇਟ ਦਿੱਤਾ ਜਾਵੇ ਦੋ ਹਫ਼ਤਿਆਂ ਦਾ ਤਿੰਨ ਹਫ਼ਤਿਆਂ ਦਾ ਤੁਹਾਨੂੰ ਅਰੈਸਟ ਤੋਂ ਪਹਿਲਾਂ ਜਿਵੇਂ ਉਸੁਮੇਦ ਸਿੰਘ ਸੈਣੀ ਨੂੰ ਦਿੱਤਾ ਸੀਗਾ ਵੈਸੇ ਇਹ ਵੀ ਡਰਾਮਾ ਹੀ ਆ ਦੇਖੋ ਗੁਨਾਹਗਾਰ ਗੁਨਾਹਗਾਰ ਹੈ ਇਹ ਚਲੋ ਅੱਜਕੱਲ ਮਾਡਰਨ ਟਾਈਮ ਦੇ ਵਿੱਚ ਜੋ ਹੈ ਸੋ ਹੈ ਲੇਕਿਨ ਸੰਵਿਧਾਨ ਦੇ ਮੁਤਾਬਿਕ ਜਿਸ ਨੇ ਵੀ ਗੁਨਾਹ ਕੀਤਾ ਹੈ ਭਾਵੇਂ ਉਹ ਕਿਸੇ ਵੀ ਅਹੁਦੇ ਤੇ ਕਿਉਂ ਨਹੀਂ ਹੈਗਾ ਉਹ ਕਾਨੂੰਨ ਦੀ ਨਜ਼ਰ ਚ ਗੁਨਾਹਗਾਰ ਹੈ ਉਹਨੂੰ ਉਹਦੇ ਟ੍ਰਾਇਲ ਕੀਤਾ ਜਾਏਗਾ ਜਿਵੇਂ ਆਮ ਆਦਮੀ ਨੂੰ ਪਰ ਮੈਨੂੰ ਲੱਗਦਾ ਵੀ ਕਾਨੂੰਨ ਵਾਲਾ ਗੜਬੜ ਵੀ ਬੜੀ ਸ਼ਿੱਤੀ ਕਰ ਲੈਂਦੇ ਇਹ ਆ ਹੁਣ ਦੇਖ ਲੋ ਇਹਨਾਂ ਨੇ ਇਨੇ ਇਨੇ ਕਰੋੜਾਂ ਦੇ ਘਪਲੇ ਅਰਬਾਂ ਖਰਬਾਂ ਦੇ ਘਪਲੇ ਕੀਤੇ ਆ ਤਾਂ ਇਹ ਪੈਂਦਾ ਵੀ ਸਾਨੂੰ ਸਾਨੂੰ ਰੈਸਟ ਕਰਨ ਤੋਂ ਪਹਿਲਾਂ ਦੋ ਹਫ਼ਤੇ ਦੱਸੋ ਅਤੇ ਤੁਸੀਂ ਮੈਂ ਮਲੇ ਸਾਡੇ ਲੜਾਈ ਹੋ ਜਵੇ ਤਾਂ ਤੁਹਾਡਾ ਜੋਰ ਚੱਲਦਾ ਹੋਵੇ ਤਾਂ ਮੈਨੂੰ ਰਾਤੋ ਰਾਤ ਚੱਕ ਕੇ ਲੈ ਜਾਣ। ਬਿਲਕੁਲ ਸਹੀ ਹੈ। ਹਨਾ ਤੇ ਉਹ ਉਹੀ ਗੱਲ ਉਹ ਕਿ ਅ ਅਮੀਰਾਂ ਦਾ ਰੱਬ ਵੱਖਰਾ ਤੇ ਗਰੀਬਾਂ ਦਾ ਵੱਖਰਾ। ਵੀ ਮੈਂ ਮਨਾਵਾਂ ਰੋਟੀ ਦੇ ਨਾਲ ਤੇ ਤੁਸੀਂ ਮਨਾਵਾਂ ਮਰਫੀ ਦੇ ਨਾਲ। ਹਨਾ ਉਹ ਗੱਲ ਇਹ ਉਸ ਮੈਂ ਬੜਾ ਬਹੁਤ ਵਰਖਾ ਵੱਖਰਾ ਆ। ਬਿਲਕੁਲ ਕਈ ਵਾਰ ਤਾਂ ਲੋਕ ਕਹਿੰਦੇ ਨੇ ਕਿ ਰੱਬ ਦੋ ਨੇ। ਇੱਕ ਤਾਂ ਜਿਹੜਾ ਅਸਲ ਵਿੱਚ ਰੱਬ ਹੈਗਾ ਉਹ ਰੱਬ ਹੈ ਇੱਕ ਰੱਬ ਉਹ ਹੈ ਜਿਹੜਾ ਤੁਸੀਂ ਬਣਾਇਆ ਹੋਇਆ ਉਹ ਬਿਲਕੁਲ ਤੁਹਾਡੇ ਵਰਗਾ ਨਹੀਂ ਮੈਂ ਇੱਥੇ ਵੈਸੇ ਰੱਬ ਦੀ ਗੱਲ ਮਤਲਬ ਮੈਨੂੰ ਸੀਗਾ ਰੱਬ ਤਾਂ ਚਲੋ ਆਪਾਂ ਜੇ ਕਰੀਏ ਤਾਂ ਮੰਨੀਏ ਤੇ ਇੱਕੋ ਹੀ ਰੱਬ ਹੈ ਨਾ ਪਰ ਇਹ ਇਹ ਇੱਥੇ ਮੈਂ ਚੀਜ਼ ਤਾਂ ਇਹ ਗੱਲ ਕੀਤੀ ਆ ਵੀ ਇਹ ਲੋਕ ਉਹ ਹੁੰਦੇ ਨੇ ਕਿ ਇਹਨਾਂ ਨੇ ਮੋਟੀਆਂ ਰਕਮਾਂ ਚਾੜ ਦੇਣੀਆਂ ਕਿਸੇ ਬੰਦੇ ਨੂੰ ਤੇ ਉਹ ਹੁਣ ਓਬੈਸ ਜਦੋਂ ਪ੍ਰੈਸ਼ਰ ਪੈਂਦਾ ਜਾਂ ਫਿਰ ਪਕਹਿ ਲੋ ਕਿ ਆਪਣਾ ਰਸੂਖ ਵਰਤ ਲੈਣਾ ਹੁਣ ਜਿਹੜਾ ਮੇਰੇ ਤੁਹਾਡੇ ਵਰਗਾ ਉਹ ਚਾਹਦੇ ਨੇ ਤਾਂ ਕੀ ਕਰਨਾ ਉਹਨੂੰ ਘਰੋਂ ਹੀ ਫਿਰ ਚੱਕ ਕੇ ਲੈ ਜਾਣਾ ਉਹ ਮੈਂ ਤਾਂ ਹੁਣ ਉਦਾਹਰਨ ਉਹ ਤਾਂ ਦੇ ਦਿੱਤੀ ਵੀ ਦੇਖਿਆ ਸੀ ਛੋਟੇ ਹੁੰਦੇ ਹੁੰਦੇ ਸੀਗੇ ਤੇ ਘਰਾਂ ਦੇ ਵਿੱਚ ਹੁਣ ਜਿੱਦਾਂ ਬਰਫੀਆਂ ਮੈਂ ਦਾ ਦੱਸਦਾ ਤੁਹਾਨੂੰ ਦੋਨੇ ਚੀਜ਼ਾਂ ਕੰਪੇਅਰ ਕਰਕੇ ਦੱਸਦਾ ਹੁਣ ਮੌਕਾ ਮਿਲਦਾ ਵੀnga ਜਰਨਲਿਸਟ ਤੁਸੀਂ ਹਰ ਜਗ੍ਹਾ ਦੇ ਉੱਤੇ ਜਾਂਦੇ ਆ ਹਨ ਮੈਂ ਛੋਟੇ ਹੁੰਦੇ ਨਾ ਸਾਡੇ ਘਰਿਆਂ 'ਚ ਇਦਾਂ ਹੁੰਦਾ ਸੀ ਵੀ ਮਾਤਾ ਨੇ ਮਿੱਠੀ ਰੋਟੀ ਬਣਾਉਣੀ ਮਿੱਠੀ ਰੋਟੀ ਨੂੰ ਜਿੱਦਾਂ ਕਿਤੇ ਭੋਗ ਲਵਾ ਦੇਣਾ ਤੇ ਉਹ ਮਿੱਠੀ ਰੋਟੀ ਸਾਨੂੰ ਦੇ ਦੇਣੀ ਵੀ ਅਲਲੋ ਹਨ ਮਿੱਠੀ ਰੋਟੀ ਗੋੜ ਪਾ ਕੇ ਰੋਟੀ ਬਣਾ ਦੇਣੀ ਹਾਂ ਹਾਂ ਤੇ ਉਹ ਸਾਡੇ ਲਈ ਉਹ ਪ੍ਰਸ਼ਾਦ ਸੀਗਾ ਬਿਲਕੁਲ ਸਹੀ ਹੈ ਹਨ ਤੇ ਐਦਾਂ ਹੀ ਹੁਣ ਜਿਹੜੇ ਸਰਦੇ ਵਰਦੇ ਘਰਾਂ ਚ ਹੁੰਦਾ ਸੀ ਉਹਨਾਂ ਦੇ ਵਿੱਚ ਤੁਸੀਂ ਦੇਖਿਆ ਵੀ ਖੀਰ ਕੜਾ ਬਰਫੀਆਂ ਖੋਵਾ ਉਹ ਚੜਾਵਾ ਜੜਾਇਆ ਜਾਂਦਾ ਤੇ ਫਿਰ ਉਹ ਵੰਡਿਆ ਜਾਂਦਾ ਹੁਣ ਆਪੋ ਆਪਣਾ ਰਸੂਖ ਹੈ ਨਾ ਵੀ ਅਸੀਂ ਅਸੀਂ ਰੋਟੀ ਦੇ ਨਾਲ ਸਾਰਦੇ ਨੇ ਆ ਚਲੋ ਹੁਣ ਚਲੋ ਮੈਂ ਨਹੀਂ ਕਹਿਣਾ ਵੀ ਹੁਣ ਅਸੀਂ ਉਹ ਰੋਟੀ ਨਾਲ ਸਾਰਦੇ ਹੁਣ ਤੁਸੀਂ ਸਿਆਣੇ ਕਹਿੰਦੇ ਨੇ ਕਿ ਜਿਹੜਾ ਪਰਮਾਤਮਾ ਹੈ ਨਾ ਉਹ ਪਿਆਰ ਦਾ ਭੁੱਖਾ ਹੈ ਪਰ ਇਹ ਲਾ ਇਹ ਲਾ ਐਂਡ ਆਰਡਰ ਚ ਜਿਹੜੇ ਆ ਚਲਾਉਣ ਵਾਲੇ ਆ ਨਾ ਇਹ ਪਿਆਰ ਨਾਲ ਨਹੀਂ ਮੰਨਦੇ ਫਿਰ ਬਿਲਕੁਲ ਪਿਆਰ ਨਾਲ ਨਹੀਂ ਮੰਨਦੇ ਪਰ ਜਨਤਾ ਨੂੰ ਮੰਨਵਾਉਣਾ ਆਉਂਦਾ ਜਨਤਾ ਮੰਨਵਾ ਲੈਂਦੀ ਜਦੋਂ ਮੰਨਵਾਉਣ ਤੇ ਆਉਂਦੀ ਆ ਸੋ ਤੁਸੀਂ ਕਹਿੰਦੇ ਨਾ ਰੱਬ ਇੱਕੋ ਹੀ ਆ ਵਾਕਈ ਆਪਾਂ ਬਾਬਾ ਨਾਨਕ ਦੀ ਧਰਤੀ ਤੇ ਰਹਨੇ ਆਵਲ ਅੱਲਾ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ ਇੱਕੋ ਹੀ ਨੂਰ ਤੋਂ ਸਭ ਜਗ ਉਪਜਿਆ ਸੋ ਉਸ ਧਰਤੀ ਦੇ ਉੱਤੇ ਦੇਖੋ ਹੁਣ ਜਿਹੜੀ ਆਪਾਂ ਜਲੰਧਰ ਦੀ ਗੱਲ ਕੀਤੀ ਅੱਗੇ ਜਿਹੜੀ ਵਾਲ ਆ ਰਹੇ ਨੇ ਭਗਵੰਤ ਮਾਨ ਨਾਲ ਹੋਣਗੇ ਜਲੰਧਰ ਦੀ ਧਰਤੀ ਦੇ ਉੱਤੇ ਇੱਕ ਥਾਂ ਦੇ ਉੱਤੇ ਇਹ ਸਲੋਗਨ ਲਿਖੇ ਹੋਏ ਮਿਲੇ ਨੇ ਜੋ ਖਾਲਿਸਤਾਨ ਪੱਕੀ ਨੇ ਖਾਲਿਸਤਾਨ ਜ਼ਿੰਦਾਬਾਦ ਲਿਖਿਆ ਹੋਇ ਸੋ ਇਹਦੀ ਵੀ ਕਾਫੀ ਚਰਚਾ ਹੋ ਰਹੀ ਹੈ ਕਿ ਇਹ ਕੌਣ ਲੋਕ ਨੇ ਜੋ ਪੰਜਾਬ ਦਾ ਜਾਂ ਜਲੰਧਰ ਦਾ ਮਾਹੌਲ ਖਰਾਬ ਕਰਨ ਤੇ ਤਲੇ ਹੋਏ ਨੇ ਕਿਉਂਕਿ ਐਸੀ ਕੋਈ ਗੱਲ ਬਾਤ ਹੀ ਨਹੀਂ ਹੈ ਕੋਈ ਗਾਲ ਨਹੀਂ ਕੋਈ ਬਾਤ ਨਹੀਂ ਸਭ ਪਿਆਰ ਨਾਲ ਰਹਿਣੇ ਪਏ ਆ ਇਹ ਕੌਣ ਲੋਕ ਨੇ ਜੋ ਖਾਸ ਤੌਰ ਤੇ ਇਸ ਗੱਲ ਦੇ ਵੱਲ ਤਵਜੂਹ ਦਿਵਾਣਾ ਚਾਹੁੰਦੇ ਨੇ ਫੋਕਸ ਕਰਨਾ ਚਾਹੁੰਦੇ ਨੇ ਦੇਖੋ ਆਮ ਬੰਦੇ ਤੋਂ ਤਾਂ ਕੋਈ ਵਹਿਲ ਨਹੀਂ ਹੈਗਾ ਬਿਲਕੁਲ ਸਹੀ ਗੱਲ ਜਾਂ ਤਾਂ ਫਿਰ ਇਹ ਬੰਦੇ ਉਹ ਦੇਖੋ ਜਦੋਂ ਆਪਾਂ ਗੱਲ ਕਰਦੇ ਨੇ ਕਿ ਮਰਦਾ ਕੀ ਨਹੀਂ ਕਰਦਾ ਅੱਕ ਚੱਪਦਾ ਮੁੰਡੇ ਸਾਡੇ ਨਸ਼ਿਆਂ 'ਚ ਲੱਗ ਗਏ ਮੈਂ ਸੰਦੀਪ ਕੇਕੜੇ ਦੀ ਸਟੇਟਮੈਂਟ ਹੀ ਸੁਣਦਾ ਸੀਗਾ ਕੋਈ ਮੇਰਾ ক্লোਜ਼ ਜਰਨਲਿਸਟ ਫਰੈਂਡ ਹੈ ਉਹ ਦੱਸਦਾ ਕਹਿੰਦਾ ਭਾਈ ਉਹਦੇ ਨਾਲ ਗੱਲ ਕੀਤੀ ਆ ਤੇ ਉਹ ਕਹਿੰਦਾ ਕਿ ਮੈਨੂੰ ਨਹੀਂ ਸੀ ਪਤਾ ਵੀ ਸਦੂ ਮੂਸੇ ਵਾਲਿਆਂ ਨੂੰ ਕਤਲ ਕਰਨਾ ਮੈਂ ਸੋਚਿਆ ਵੀ ਇਹ ਬੱਲੇ ਬੱਲੇ ਫੋਕੀ ਬੱਲੇ ਬੱਲੇ ਆ ਇਹਨਾਂ ਦੀ ਅੱਗੇ ਵੀ ਕਹਿੰਦਾ ਬਦਈਆ ਨਹੀਂ ਮੇਤੋ ਹਿੱਤਾਂ ਦੇ ਕੰਮ ਕਰਾਏ ਆ ਤਾਂ ਕਹਿੰਦਾ ਵੀ ਮੈਂ ਤਾਂ ਨਸ਼ਾ ਪੱਕਾ ਕਰਦਾ ਆ 15000 ਕੀ ਹੁੰਦਾ 15000 ਰੁਪਏ ਕੁਝ ਵੀ ਨਹੀਂ ਹੁੰਦਾ ਅੱਜ ਦੇ ਜ਼ਮਾਨੇ 'ਚ ਮਤਲਬ ਕਿਸੇ ਦੀ ਜਾਨ ਦਾ ਮੁੱਲ 15000 ਤਾਂ ਹੋਈ ਹੀ ਨਹੀਂ ਸਕਦਾ ਉਹ ਕਹਿੰਦਾ ਮੈਂ 6 6000 4 4000 ਪਿੱਛੇ ਵੀ ਲੋਕਾਂ ਦੀ ਰੇਕੀ ਕੀਤੀ ਆ ਮੈਨੂੰ ਨਸ਼ਾ ਚਾਹੀਦਾ ਸੀ ਹੂੰ ਹੂੰ ਹੁਣ ਦੇਖੋ ਮਾਹੌਲ ਇਹ ਜਿਹੜੇ ਲੋਕ ਆ ਆਪ ਤੇ ਕੈਨੇਡਾ ਅਮਰੀਕਾ ਬੈਠੇ ਆ ਹੂੰ ਗੁਰਵੰਤਪੰਤ ਪੰਦਵ ਨੂੰ ਦੀ ਗੱਲ ਮੈਂ ਕਰ ਲਵਾਂ ਆਪ ਤੁਸੀਂ ਫਲਾਨੀ ਜਗ੍ਹਾ ਬੈਠੇ ਹੋ ਜੀ ਇੱਥੇ ਸਾਡੇ ਮੁੰਡੇ ਮਰਵਾਈ ਜਾਂਦੇ ਹੋ ਇਹ ਕਿੱਥੋਂ ਦਾ ਸੱਚ ਵਾ ਹੁਣ ਮੈਂ ਸੋਚਦਾ ਕਿ ਇਹਦੇ ਪਿੱਛੇ ਕੋਈ ਇਦਾਂ ਦਾ ਬੰਦਾ ਨਾ ਹੋਵੇ ਹਾਇਰ ਕੀਤਾ ਹੋਵੇ ਜਿਹੜਾ ਵਿਚਾਰਾ ਨਸ਼ੇ ਦਾ ਆਦੀ ਹੋਵੇ ਉਹਨੂੰ ਕਹਵੇ ਜੀ ਫਲਾਨੀ ਕੰਨ ਤੇ ਲਿਖ ਲੈ ਕਿਉਂਕਿ ਫਰੀਦਕੋਟ ਵਿੱਚ ਦੇਖਿਆ ਸੀਗਾ ਉਹ ਸੈਸ਼ਨ ਜੱਜ ਦੇ ਜਦ ਨਾ ਫੜਿਆ ਗਿਆ ਤੇ ਫਿਰ ਉਹ ਕਸ਼ਲਾ ਕੇ ਨਜ਼ਾਰਾ ਲੈ ਲੂਗਾ ਉਹ ਇਹ ਇਹ ਲੋਕ ਜਿਹੜੇ ਹਨ ਆਪ ਅੱਗੇ ਨਹੀਂ ਆਉਂਦੇ ਇਹ ਸਾਡੇ ਨਿਆਣੇ ਸਾਡੇ ਆਮ ਘਰਾਂ ਦੇ ਲੋਕਾਂ ਨੂੰ ਆਮ ਮੁੰਡਿਆਂ ਨੂੰ ਟਾਰਗੇਟ ਕਰ ਲੈਂਦੇ ਆ ਜਿਹੜੇ ਵਿਚਾਰੇ ਲੋੜਦੇ ਹੁੰਦੇ ਨੇ ਨਾ ਕਹਿੰਦੇ ਨੇ ਕਿ ਲੋੜ ਦਾ ਕੋਈ ਮੁੱਲ ਨਹੀਂ ਫਿਰ ਜਦੋਂ ਤੁਸੀਂ ਆਦੀ ਹੋ ਜਾਂਦੇ ਹੋ ਨਾ ਫਿਰ ਤੁਸੀਂ ਆਪਣੀ ਮਾਂ ਦੇ ਵਿੱਚ ਪੀੜਾ ਮਾਰ ਕੇ ਪੈਸੇ ਖੋਣ ਨੂੰ ਫਿਰਦੇ ਆ ਗੱਲ ਇਹ ਹੈ ਕਿ ਕਈ ਜੋ ਮਾਹਿਰ ਨੇ ਨਾ ਇਹ ਮੰਨਦੇ ਨੇ ਕਿ ਜਿਹੜੇ ਆਪਾਂ ਕਹਿੰਦੇ ਆ ਨਾ ਕਿ ਫਲਾਣੇ ਗੈਂਗ ਨੇ ਧਮਕੀ ਦਿੱਤੀ ਫਲਾਣੇ ਬੈਂਕ ਗੈਂਗ ਨੇ ਰਿਸਪੌਂਸਿਬਿਲਟੀ ਲਈ ਦਿੱਤੀ ਹੈ ਜੋ ਵੀ ਇਦਾਂ ਦੀਆਂ ਗੱਲਾਂ ਹੁੰਦੀਆਂ ਨੇ ਕਈ ਮਾਹਿਰ ਇਹ ਮੰਨਦੇ ਨੇ ਕਿ ਕੁਝ ਨਾ ਕੁਝ ਗੱਲਾਂ ਤੇ ਚਲੋ ਸੱਚ ਮੰਨ ਵੀ ਸਕਦੇ ਆ ਲੇਕਿਨ ਕੁਝ ਗੱਲਾਂ ਐਸੀਆਂ ਵੀ ਹੁੰਦੀਆਂ ਨੇ ਕਿ ਪਿੱਛੇ ਆਪਰੇਟ ਕਰਨ ਵਾਲੇ ਕੋਈ ਹੋਰ ਹੁੰਦੇ ਨੇ ਇਹਨਾਂ ਨੂੰ ਸਿਰਫ ਸਾਹਮਣੇ ਰੱਖਿਆ ਜਾਂਦਾ ਸਿਰਫ ਇਹਨਾਂ ਦਾ ਨਾਮ ਇਸਤੇਮਾਲ ਕੀਤਾ ਜਾਂਦਾ ਹੁਣ ਸਿੱਧੂ ਮੂਸੇਵਾਲਾ ਦੇ ਕਤਲ ਦੀ ਗੱਲ ਕਰ ਲਈਏ ਹਾਂਜੀ ਸੰਜੀਪ ਜੀ ਇਹਦੇ ਵਿੱਚ ਵੀ ਜਿਹੜੀ ਇੱਕ ਥਿਊਰੀ ਆਉਂਦੀ ਆ ਕਿ ਇਹ ਪੋਲਿਟੀਕਲ ਮਰਡਰ ਵੀ ਹੋ ਸਕਦਾ ਹੋ ਸਕਦਾ ਠੀਕ ਹੈ ਤੇ ਇਸ ਪੋਲਿਟੀਕਲ ਮਰਡਰ ਤੋਂ ਧਿਆਨ ਭਟਾਉਣ ਦੇ ਲਈ ਰਾਤੋ ਰਾਤ ਅਸੀਂ ਬੰਦੇ ਹਾਇਰ ਕਰ ਲੈਂਦੇ ਆ ਉਹਨਾਂ ਨੂੰ ਫਰਕ ਨਹੀਂ ਪੈਂਦਾ ਸਿਰਫ ਇਹ ਕਹਿਣਾ ਹੁੰਦਾ ਕਿ ਅਸੀ ਮਾਰਿਆ ਜੀ ਤੇ ਕਰੋੜ ਤੁਸੀਂ ਦੇਖੋ ਇਹ ਬਹੁਤ ਬਹੁਤ ਮੈਨੂੰ ਲੱਗਦਾ ਕਿ ਜਦੋਂ ਆਪਾਂ ਗੱਲ ਕਰਦੇ ਆ ਕਿ ਕੜੀਆਂ ਛੁੱਟਦੀਆਂ ਰਹਿੰਦੀਆਂ ਅਸੀਂ ਬਹੁਤ ਡੀਪ ਡਾਉਨ ਹੋ ਗਏ ਆ ਸ਼ਾਇਦ ਇਹੀ ਕਰਕੇ ਮੈਨੂੰ ਲੱਗਦਾ ਕਿ ਆੜੀ ਸਰਕਾਰ ਇਹ ਅੱਖੀ ਨਹੀਂ ਪਾਉਂਦੀ ਉਹਨਾਂ ਟ੍ਰੈਡੀਸ਼ਨਲ ਪਾਰਟੀਆਂ ਨੂੰ ਕਿਉਂਕਿ ਇਹਨਾਂ ਦਾ ਥੋੜਾ ਸੈਟ ਆਫ ਵਰਕਿੰਗ ਜਿਹੜਾ ਆ ਵਰਕਿੰਗ ਸਟਾਈਲ ਡਿਫਰੈਂਟ ਆ ਡਿਫਰੈਂਟ ਆ ਹੈਨਾ ਔਰ ਹੋ ਸਕਦਾ ਕਿ ਤੁਸੀਂ ਜਿਹੜੀ ਗੱਲ ਕਰ ਰਹੇ ਹੋ ਕਿ ਪੋਲੀਟੀਕਲ ਮਰਡਰ ਹੋ ਸਕਦਾ ਕੁਝ ਵੀ ਹੋ ਸਕਦਾ ਪਰ ਇਨਵੈਸਟੀਗੇਸ਼ਨ ਆ ਇਨਵੈਸਟੀਗੇਸ਼ਨ ਤੋਂ ਬਾਅਦ ਗੱਲ ਸਾਹਮਣੇ ਆਊਗੀ ਦੂਜੀ ਗੱਲ ਵੀ ਕਹੀ ਜਾਂਦੀ ਹੈ ਕਿ ਇਨਵੈਸਟੀਗੇਸ਼ਨ ਵੀ ਤਾਂ ਇਹਨਾਂ ਦੀ এজেন্সੀਆਂ ਕਰਦੀਆਂ ਨੇ ਪਰ ਤੁਸੀਂ ਉਹੀ ਗੱਲ ਅਸਲੀ ਜੀ ਔਰ ਕਿਦਾਂ ਦਾ ਰਿਜ਼ਲਟ ਸਾਹਮਣੇ ਲੈ ਕੇ ਆਉਣੀਆਂ ਚਾਹੁੰਦੀਆਂ ਨੇ ਇਹ ਸ਼ਾਇਦ ਪਹਿਲਾਂ ਹੀ ਡਿਸਾਈਡ ਕੀਤਾ ਹੋਵੇ ਕੁਝ ਐਕਸਪਰਟਸ ਇਹ ਵੀ ਮੰਨਦੇ ਨੇ ਤੁਸੀਂ ਦੇਖੋ ਨਾ ਇਨਵੈਸਟੀਗੇਸ਼ਨ ਵੀ ਤਾਂ ਕੀ ਕਹੋਗੇ ਇਨਵੈਸਟੀਗੇਸ਼ਨ ਇਨਵੈਸਟੀਗੇਸ਼ਨੇ ਕਰਾ ਤੁਰਪੀਏ ਨਾ ਜਦੋਂ ਦਾ ਸਟੇਟਮੈਂਟ ਆਈ ਗੋਲਡੀ ਬਰਾੜ ਦੀ ਸਚਨ ਲਾਰੈਂਸ ਬਿਸ਼ਨੋਈ ਨੇ ਕਹਿਤਾ ਸਚਨ ਬਿਸ਼ਨੋਈ ਦਾ કબੂਲਨਾਮਾ ਆ ਗਿਆ ਹੁਣ ਉਸ ਤੋਂ ਉਸ ਤੋਂ ਅਰੰਕਿਉਂ ਲੋਕ ਹਟ ਜਾਣ ਦੇਖੋ ਜਦ ਤੁਹਾਨੂੰ ਇੱਕ ਟਰੈਕ ਮਿਲ ਗਿਆ ਡਿਫਰੈਂਟ ਟਰੈਕ ਤੇ ਜਾਣ ਦੀ ਕੋਸ਼ ਜੇ ਕੋਈ ਜਾਊਗਾ ਵੀ ਤਾਂ ਤੁਹਾਨੂੰ ਪਤਾ ਹੀ ਆ ਵੀ ਰਾਤੋਂ ਰਾਤ ਫਿਰ ਗੱਡੀਆਂ ਪਲਟ ਜਾਂਦੀਆਂ ਹੁੰਦੀਆਂ ਹੈ ਨਾ ਇੱਕ ਥਾਂ ਤੋਂ ਦੂਜੀ ਥਾਂ ਤੇ ਗੈਂਗਸਟਰ ਸ਼ਿਫਟ ਕਰਨ ਲੱਗੇ ਯੂਪੀ ਵਾਂਗ ਇੱਥੇ ਵੀ ਇਦਾਂ ਹੀ ਹੁੰਦਾ ਸੁੱਖਾ ਕਾਲਮਾ ਦੀ ਅਕਾਲ ਅਸੀਂ ਗੱਲ ਕਰਦੇ ਸੀਗੇ ਕਿ ਪੁਲਿਸ ਜਿਹੜਾ ਕਿਨਾਂ ਡਈ ਉਹਨਾਂ ਤੋਂ ਖੋ ਕੇ ਤੇ ਮਾਰ ਦਿੱਤਾ ਗੈਂਗਸਟਰਾਂ ਨੇ ਕਿੱਡੀ ਕੁ ਮਤਲਬ ਬੱਲੇ ਬੱਲੇ ਆ ਇਹ ਇਸ ਕਰਕੇ ਜਿਹੜਾ ਸੱਚ ਪੁੱਛਦਾ ਨਾ ਉਹ ਸੱਚ ਪੁੱਛਣ ਜੋਗਾ ਹੀ ਨਹੀਂ ਰਹਿੰਦਾ ਜਿਹੜਾ ਹੁਣ ਡਿਫਰੈਂਟ ਟਰੈਕ ਲੱਭੂਗਾ ਉਹਨੇ ਕਿਉਂ ਜੀ ਲੱਭਣਾ ਬਿਲਕੁਲ ਸਹੀ ਗੱਲ ਹੁਣ ਇੰਨਾ ਪੜ੍ਹ ਲਿਖ ਕੇ ਕੋਈ ਆਈਪੀਐਸ ਲੱਗਦਾ ਆਈਐਸ ਲ ਅਗਲੇ ਨੇ ਆਪਣੇ ਨਿਆਣੇ ਸਾਹਮਣੇ ਆ ਹਨ ਅਗਲਾ ਇਹ ਤਾਂ ਕਹਿੰਦੇ ਇਹਨਾਂ ਦਾ ਜੇ ਤੁਹਾਡੇ ਤੇ ਰੈਵੋਲੂਸ਼ਨ ਹੋਵੇ ਤਾਂ ਤੁਸੀਂ ਮੂੰਹ ਮੱਥੇ ਤੇ ਕਫਨ ਬਣ ਕੇ ਤੁਰਦੇ ਆ ਉਹ ਕੱਲੇ ਤੁਸੀਂ ਨਹੀਂ ਬੰਨਿਆ ਹੁੰਦਾ ਫੇਰ ਕਫਨ ਉਹ ਪਿਛਲੇ ਜਿਹੜੇ ਤੁਹਾਡੇ ਬੈਠੇ ਹੁੰਦੇ ਨਾ ਤੇ ਉਹ ਵੀ ਉਹਨਾਂ ਦੇ ਉੱਤੇ ਵੀ ਬੰਨਿਆ ਹੁੰਦਾ ਰਾਤੋ ਰਾਤ ਪੂਰਾ ਪਰਿਵਾਰ ਗੋਲੀਆਂ ਨਾਲ ਮਰਵਾ ਦਿੰਦੇ ਲੋਕੀ ਬਿਲਕੁਲ ਹੁੰਦਾ ਹੈ ਔਰ ਆਮ ਤੌਰ ਤੇ ਗੱਲ ਕਹੀ ਜਾਂਦੀ ਹੈ ਕਿ ਭਗਤ ਸਿੰਘ ਸਾਹਿਬ ਨੂੰ ਪਸੰਦ ਹੈ ਪਰ ਸਾਡੇ ਘਰ ਨਾਲ ਜੰਮੇ ਕਹਿੰਦੇ ਜੀ ਜੰਮੇ ਗਵਾਂਡੀਆਂ ਦੇ ਭਗਤ ਸਿੰਘ ਸਾ ਭਗਤ ਸਿੰਘ ਹੋਵੇ ਪਰ ਜੰਮੇ ਗਵਾਂਡੀਆਂ ਦੇ ਵੀ ਸਾਡਾ ਮੁੰਡਾ ਭਗਤ ਸਿੰਘ ਨਾ ਹੋਵੇ ਅੱਛਾ ਮੈਨੂੰ ਇਹ ਨਹੀਂ ਸਮਝ ਆਉਂਦੀ ਅਸੀਂ ਇਹ ਕਿਉਂ ਸੁਖਾ ਰਹੇ ਆ ਮੈਂ ਥੋੜੇ ਦਿਨ ਪਹਿਲੇ ਮੈਂ ਨਾ ਉਹ ਫਿਲਮ ਦੇਖਦਾ ਨੀਰਜਾ ਹੂੰ ਉਹ ਐਂਡ ਤੇ ਉਹ ਸੋਨਗਪੂਰ ਉਹ ਡਾਇਲੌਗ ਬੋਲਦੀ ਆ ਕਹਿੰਦੀ ਵੀ ਮਾਂ ਮੇਰੀ ਨੇ ਮੈਨੂੰ ਸਿਖਾਇਆ ਸੀਗਾ ਵੀ ਕੁਝ ਵੀ ਹੁੰਦਾ ਨਾ ਵੀ ਗੇਅਰ ਲਾਈਨ ਦੌਰਾਨ ਕੋਈ ਗੜਬੜ ਹੁੰਦੀ ਹੈ ਤਾਂ ਸਭ ਤੋਂ ਪਹਿਲਾਂ ਆਪਣੇ ਆਪ ਨੂੰ ਬਚਾਉਣਾ ਆ ਹੂੰ ਕੋਈ ਦੁਨੀਆ ਮਰਦੀ ਮਰੇ ਤੇ ਕਹਿੰਦੀ ਪਤਾ ਨਹੀਂ ਮੈਨੂੰ ਤਾਂ ਰਿਹਾ ਹੀ ਨਹੀਂ ਹੋਇਆ ਉਹ ਆਪ ਮਰ ਗਈ ਤਾਂ ਸਾਰਿਆਂ ਨੂੰ ਬਚਾ ਗਿਆ ਫਲਾਈਟ ਜਿੰਨੇ ਵੀ ਲੋਕ ਸੀਗੇ ਹੈਨਾ ਹੁਣ ਸਾਨੂੰ ਵੀ ਸਾਡੀਆਂ ਮਾਵਾਂ ਇਹ ਹੀ ਕਹਿੰਦੀਆਂ ਕਿਉਂਕਿ ਉਹਨਾਂ ਦੇ ਦੇਰੇ ਇਦਾਂ ਦੇ ਹੁੰਦੇ ਵੀ ਮੇਰੇ ਪੁੱਤ ਨੂੰ ਤੱਤੀ ਬਾਹ ਨਾ ਲੱਗੇ ਹੈਨਾ ਆਪਾਂ ਨੂੰ ਵੀ ਕਹਿੰਦੇ ਵੀ ਤੁਸੀਂ ਪਹਿਲਾਂ ਸਾਡਾ ਸਾਡਾ ਵੀ ਘੇਰ ਦਿਲ ਕਹਦਾ ਅਸੀਂ ਲੁਕ ਜੀਏ ਭਰਾਵਾ ਇਹ ਬਚਦਾ ਤੇ ਬਚ ਜੇ ਗੋਲੀ ਨਾ ਹੈਨਾ ਸੋ ਇਹ ਗੱਲਾਂ ਜਿਹੜੀਆਂ ਨੇ ਨਾ ਕਿਉਂਕਿ ਜੇ ਅਸੀਂ ਰੈਵੋਲੂਸ਼ਨ ਲਿਆਉਣਾ ਹੈ ਨਾ ਤੇ ਇਕੱਠੇ ਉੱਡਣਾ ਪੈਣਾ ਹੈ ਸਹੀ ਗੱਲ ਹੈ ਇੱਕ ਉਹ ਕਹਾਣੀ ਛੋਟੀ ਹੁੰਦੀ ਸ਼ਾਇਦ ਤੁਸੀਂ ਵੀ ਸੁਣੀ ਹੋਣੀ ਆ ਵੀ ਕਬੂਤਰ ਜਿਹੜੇ ਸੀਗੇ ਸ਼িকার ਕਰਦੇ ਹੁੰਦੇ ਸੀ ਉਹਨਾਂ ਦਾ ਤੇ ਉਹ ਇੱਕ ਇੱਕ ਕਰਕੇ ਸ਼ਿਕਾਰ ਹੋਈ ਜਾਂਦੇ ਸੀਗੇ ਤੇ ਉਹ ਕਹਿੰਦੇ ਨੇ ਕਹਿੰਦੇ ਵੀ ਇਹ ਹੁਣ ਇੱਕ ਬੁੱਢਾ ਕਬੂਤਰ ਕਹਿੰਦਾ ਵੀ ਦੇਖਿਆ ਇਦਾਂ ਤਾਂ ਆਪਾਂ ਇਕੱਲੇ-ਇਕੱਲੇ ਰਾਵਾਂਗੇ ਤਾਂ ਭੁੱਖੇ ਵੀ ਮਰ ਜਾਵਾਂਗੇ ਕਿ ਜਗ੍ਹਾ ਤੇ ਕਿਉਂਕਿ ਉਹ ਦਾਣੇ ਸੜ ਦਿੰਦੇ ਸੀ ਦਾਣਾ ਉੱਥੇ ਸੜਦੇ ਸੀ ਜਿੱਥੇ ਉਹਨਾਂ ਨੇ ਜਾਲ ਪਾਇਆ ਹੁੰਦਾ ਈ ਬਿਲਕੁਲ ਸਹੀ ਗੱਲ ਤੇ ਉੱਥੋਂ ਹੌਲੀ-ਹੌਲੀ ਉਹ ਲੋਕੀ ਸਮਝਦਾਰ ਹੋ ਗਏ ਕਬੂਤਰ ਤੇ ਜਾਣਾ ਹਟ ਗਏ ਫੇ ਸਿਆਣਾ ਕਬੂਤਰ ਕਹਿੰਦਾ ਵੀ ਇਦਾਂ ਤਾਂ ਆਪਣੀ ਜਾਨ ਖਤਮ ਹੋ ਰਿਹ ਜਾ ਕਿਉਂਕਿ ਜਾਂ ਤਾਂ ਆਪਾਂ ਭੁੱਖਾ ਨਾ ਮਰ ਜਾਾਂਗੇ ਜਾਂ ਫਿਰ ਇਹ ਉਦਾਂ ਮਾਰ ਦੇਣਗੇ ਜੇ ਦਾਣਾ ਚੁਗਣ ਦਾਣਾ ਚੁਗਣ ਲੱਪੇ ਵੇ ਤੇ ਉਹ ਕਹਿੰਦੇ ਵੀ ਜਦੋਂ ਸ਼ਿਕਾ ਸ਼ਕੰਜਾ ਪਿਆ ਆ ਫਿਰ ਬੁੱਢਾ ਕਬੂਤਰ ਨੂੰ ਕਹਿੰਦੇ ਵੀ ਹੁਣ ਕੀ ਕਰੀਏ ਤੂਤ ਕਹਿਣਾ ਸੀ ਵੀ ਆਪਾਂ ਵੱਜ ਜਾਵਾਂਗੇ ਹੁਣ ਤਾਂ ਸ਼ਕੰਜਾ ਪੈ ਗਿਆ ਉਹ ਕਹਿੰਦੇ ਵੀ ਇੰਨੇ ਜਣੇ ਹੈਗੇ ਆ ਆਪਾਂ ਮਾੜਾ ਮਾੜਾ ਵੀ ਜ਼ੋਰ ਲਾਇਆ ਤਾਂ ਆਪਾਂ ਜਾਲ ਸਣੇ ਉੱਡ ਜਾਣਾ ਹੂੰ ਸੋ ਇਹ ਆ ਕਿ ਜੇ ਉੱਡਣਾ ਆ ਤਾਂ ਇਕੱਠੇ ਉੱਡਣਾ ਪੈਣਾ ਆ ਕਿਸਾਨੀ ਤੋਂ ਉਹਨਾਂ ਲਈ ਦੀ ਬਹੁਤ ਵੱਡੀ ਉਦਾਹਰਣ ਆ ਬਹਾਲਾ ਕਿ ਇਕੱਠੇ ਹੀ ਹੋਣਾ ਸਭ ਤੋਂ ਵੱਡਾ ਚੈਲੰਜ ਆ ਮੇਰੋ ਲੱਗਦਾ ਹਣਾ ਬਿਲਕੁਲ ਕਿਉਂਕਿ ਗੱਲ ਹੀ ਹੁੰਦੀ ਹੈ ਕਿ ਸੋਚ ਸਭ ਦੀ ਵੱਖਰੀ ਹੁੰਦੀ ਹੈ ਪਰ ਜਦੋਂ ਇੱਕ ਮੁੱਦਾ ਮਿਲ ਜਾਵੇ ਨਾ ਉਹ ਮੁੱਦੇ ਕਰਕੇ ਸਾਰੇ ਇਕੱਠੇ ਹੋ ਜਾਂਦੇ ਨੇ ਜਿਵੇਂ ਹੁਣ ਆਜ਼ਾਦੀ ਦੀ ਲੜਾਈ ਆਪਾਂ ਕੀਤੀ ਐ ਅੰਗਰੇਜ਼ਾਂ ਦੇ ਖਿਲਾਫ ਉਹ ਇਕੱਠੇ ਹੋ ਕੇ ਲੜਿਆ ਸੀ ਇਕੱਠੇ ਹੋ ਕੇ ਲੜੀ ਵਿਚਾਰ ਸਭ ਦੇ ਅਲੱਗ ਸੀ ਕੋਈ ਨਰਮ党 ਲੈ ਕੋਈ ਗਰਮ党 ਲੈ ਵਿਚਾਰ ਭਾਵੇਂ ਨਹੀਂ ਮਿਲਦੇ ਸੀ ਪਰ ਮੁੱਦਾ ਇੱਕ ਸੀ ਮੁੱਦੇ ਨੇ ਇਕੱਠਾ ਕੀਤਾ ਹੁਣ ਅੱਜ ਵੀ ਮੁੱਦਾ ਇੱਕੋ ਹੀ ਐ ਕਿ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣਾ ਇਸ ਮੁੱਦੇ ਤੇ ਸਾਰੇ ਇਕੱਠੇ ਹੋ ਸਕਦੇ ਨੇ ਪਰ ਪਤਾ ਗੱਲ ਕੀ ਆ ਉਹੀ ਮੁੱਦਾ ਸਾਨੂੰ ਸਾਰਿਆਂ ਨੂੰ ਦੀਦਾ ਆ ਇਸ ਕਰਕੇ ਸ਼ਾਇਦ ਅਸੀਂ ਆਪ ਆਦਮੀ ਪਾਰਟੀ ਨੂੰ ਚੁਣ ਵੀ ਲਿਆ ਸੀ ਇਕੱਠ ਵੀ ਹੋ ਗਏ ਆ ਅਸੀਂ ਨਾ ਯਕੀਨ ਨਹੀਂ ਕਰਦੇ ਇੱਕ ਦੂਸਰੇ ਤੇ ਸਾਨੂੰ ਲੱਗਦਾ ਕਿ ਕੋਈ ਜਾਦੂ ਦੀ ਛੜੀ ਲਿਆਵੇ ਤੇ ਦਿਨਾਂ ਦੇ ਵਿੱਚ ਹਾਲਾਤ ਬਦਲ ਦੇਵੇ ਉਹ ਇਹਨਾਂ ਨੇ ਜਿਹਨਾਂ ਨੇ 70 75 ਸਾਲ ਮਾਹੌਲ ਖਰਾਬ ਕੀਤਾ ਆ ਜਾਂਦੇ ਵਾਰੀ ਫੈਸਲੇ ਇੰਦੀਆਂ ਸੈਂਸ਼ਨ ਕਰਕੇ ਜਿਨ੍ਹਾਂ ਦੇ ਉੱਤੇ ਮੋਹਰ ਵੀ ਨਹੀਂ ਲਾਈ ਹੋਈ ਤੇ ਕਰੋੜਾਂ ਦਾ ਘਪਲਾਇਆ ਕਰੋੜਾਂ ਦੀਆਂ ਜ਼ਮੀਨਾਂ ਅਲਫਾ ਜ਼ਮੀਨ ਦੀ ਗੱਲ ਕਰ ਲਿਆ ਅਸੀਂ ਸ੍ਰਿਪਤਜਿੰਦਰ ਬਾਜਵਾ ਹੋਣਾਂ ਦੀ ਗੱਲ ਕਰਦੇ ਆਂ ਕੱਲ ਸਤੀ ਸਾਹਿਬ ਵੀ ਗੱਲ ਕਰਨ ਦੇ ਸੀਗੇ ਉਹ ਇਦਾਂ ਦੇ ਉਹਨਾਂ ਨੂੰ ਪਤਾ ਸੀਗਾ ਕਿ ਪੁਰਾਣੀਆਂ ਪਾਰਟੀਆਂ ਤੇ ਇਦਾਂ ਹੁੰਦੀਆਂ ਸੀ ਵੀ ਜਿਹੜਾ ਅਸੀਂ ਥੋੜਾ ਬਹੁਤਾ ਕੰਮ ਕੀਤਾ ਸੈਟਲਮੈਂਟ ਹੋ ਜਾਂਦੀ ਸੀ ਹੁਣ ਇਹ ਸੈਟਲਮੈਂਟ ਨਹੀਂ ਕਰਨ ਦੇ ਕਿਉਂਕਿ ਵੀ ਅਗਲੀ ਆਰਿਆਂ ਨੂੰ ਫਿਰ ਅਸੀਂ ਆਉਣਾ ਸੀਗਾ ਇਹ ਤੀਸਰਾ ਪਲੇਅਰ ਜਦੋਂ ਕਰੀਆਨੇ ਦੀ ਦੁਕਾਨ ਨਾਲ ਖੋਲਵੇ ਨਾ ਫਿਰ ਦੋਨਾਂ ਦੁਕਾਨ ਵਾਲਿਆਂ ਨੂੰ ਅੱਗ ਲੱਗ ਜਾਂਦੀ ਹੈ ਵੀ ਨਹੀਂ ਭਾਈ ਇਹਦੀ ਆਪਣੀ ਚੱਲੇ ਨਾ ਚੱਲੇ ਇਹਦੀ ਨਹੀਂ ਚੱਲਣ ਦੇਣੀ ਇਹਦੀ ਬੰਦ ਕਰਾਉਣੀ ਆ 75 ਸਾਲ ਹੋ ਗਏ ਨੇ ਨਾ ਇੱਕੋ ਟਰੈਕ ਤੇ ਚੱਲਦੇ ਬੈਠੇ ਪਤਾ ਹੀ ਸੀਗਾ ਵੀ ਕਿੰਨੇ ਸਾਲ ਹੋਰ ਰਹਿ ਲੈਣਗੇ 2 ਸਾਲ ਰਹਿ ਲੈਣਗੇ ਹੁਣ ਇਹ ਟਰੈਕ ਚੇਂਜ ਕਰਨ ਦੀ ਕੋਸ਼ਿਸ਼ ਕਰਦੇ ਪਏ ਹੁਣ ਹੁਣ ਜ਼ੋਰ ਤਾਂ ਲੱਗਣਾ ਹੈ ਹੁਣ ਇਹਨਾਂ ਨੂੰ ਇਹ ਡਾਰਾ ਸੰਜੀਵ ਜੀ ਕਿ ਵੀ ਹੁਣ ਪੋਸ ਕਰੋ 2 ਸਾਲ ਹੋ ਗਿਆ ਸ਼੍ਰੋਮਣੀ ਕਾਲ ਦਾ ਮਨਫੀ ਆ ਬਿਲਕੁਲ ਹੈ ਨਾ ਤੀਸਰੀ ਵਾਰ ਫਿਰ ਕਿਤੇ ਚੰਗਾ ਕੰਮ ਕਰਕੇ ਤਾਂ ਆਪ ਆ ਗਏ ਤਿੰਨ ਸਾਲਾਂ ਤੋਂ ਇੱਕ ਪੋਲਿਟਿਕਲ ਪਾਰਟੀ ਮੇਨਸਟ੍ਰੀਮ ਸੱਤਾ ਤੋਂ ਮੰਨਫੀ ਹੋ ਜਵੇ ਉਹਨਾਂ ਦੇ ਸੁਪਰੀਮੋ ਨੂੰ ਟਿਹੜਾ ਆ ਉੱਥੇ ਕੁਝ ਨਾ ਮਿਲੇ ਫਿਰ ਡਰ ਤੇ ਹੁੰਦਾ ਵੀ ਕਿਉਂਕਿ ਤਿੰਨ ਸਾਲ ਬਾਅਦ ਲੋਕੀ ਜਾਣਦੇ ਨਹੀਂਗੇ ਸਹੀ ਗੱਲ ਹੈ ਮੈਂ ਨਾ ਇੱਕ ਵਾਰੀ ਕਲਪਨਾ ਕਰਨ ਬਹਿ ਜਾਣਾ ਹੁਨਾ ਕਿ ਜਦੋਂ ਅਸੀਂ ਭਗਤ ਸਿੰਘ ਦੀ ਗੱਲ ਕਰਦੇ ਆ ਅਸੀਂ ਕਿਹਾ ਨਾ ਕਿ ਗਵਾਂਡੀਆਂ ਦੇ ਘਰ ਪੈਦਾ ਹੋਵੇ ਤੇ ਆਪਣੇ ਬੱਚੇ ਨੂੰ ਸੇਫ ਕਰ ਲਈਏ ਇਕੱਠੇ ਮਿਲ ਕੇ ਕ੍ਰਾਂਤੀ ਕਰੋ ਇਕੱਠੇ ਮਿਲ ਕੇ ਰੈਵੋਲੂਸ਼ਨ ਕਰੋ ਤਾਂ ਉਹਦੇ ਸਭ ਸੇਫ ਰਹਿਣਗੇ ਔਰ ਜ਼ਬ ਦੀ ਜਾਨ ਖਤਰੇ ਤੋਂ ਬਾਹਰ ਰਹਿ ਗਈ ਔਰ ਸਭ ਜੋ ਅਜ ਦੇ ਸਮੇਂ ਦੀ ਜ਼ਰੂਰਤ ਹੈ ਕਿਉਂਕਿ ਜਦੋਂ ਪਗਲ ਸਿੰਘ ਨੂੰ ਸਾਹਮਣੇ ਰੱਖਦੇ ਝੁੰਡ ਬਣਾ ਕੇ ਚਲੋ ਝੁੰਡ ਬਣਾ ਕੇ ਚਲੋ ਔਰ ਪਗਲ ਸਿੰਘ ਹੁਣੀ ਦੇਖੋ ਇਕੱਲੇ ਹੀ ਔਰ ਨਾਲ ਆਪਣੇ ਸਾਥੀਆਂ ਦੇ ਗ੍ਰਿਫਤਾਰ ਹੁੰਦੇ ਨੇ ਉਸ ਤੋਂ ਬਾਅਦ ਟਰਾਇਲ ਹੁੰਦਾ ਹੈ ਪਹਿਲਾਂ ਹੀ ਪਤਾ ਹੈ ਕਿ ਫੈਸਲਾ ਕੀ ਹੋਣਾ ਫਾਂਸੀ ਹੋਣੀ ਹੀ ਹੋਣੀ ਹੈ ਬਾਕੀ ਸਾਰੇ ਗਵਾਹ ਤੇ ਸਬੂਤ ਉਸੇ ਦਿਸ਼ਾ ਚ ਲੈ ਕੇ ਜਾਣੇ ਨੇ ਬ੍ਰਿਟਿਸ਼ ਗਵਰਨਮੈਂਟ ਨੇ ਕਿ ਸਾਨੂੰ ਫਾਂਸੀ ਫਾਈਨਲ ਹੈ ਜਦੋਂ ਅਰੈਸਟ ਹੋਏ ਨੇ ਉਦੋਂ ਹੀ ਫਾਂਸੀ ਫਾਈਨਲ ਹੈ ਜਦੋਂ ਅਰੈਸਟ ਹੋਣ ਚੱਲੇ ਨੇ ਉਦੋਂ ਹੀ ਫਾਂਸੀ ਫਾਈਨਲ ਹੈ ਇਹ ਸਭ ਕੁਝ ਪਲਾਨਡ ਆ ਕਿ ਮੈਨੂੰ ਪਤਾ ਹੈ ਮੈਨੂੰ ਅਰੈਸਟ ਕਰਨਾ ਹੈ ਮੈਨੂੰ ਪਤਾ ਮੈਨੂੰ ਫਾਂਸੀ ਹੋਣੀ ਹੈ ਪਰ ਉਹ ਜਿਹੜਾ ਟਾਈਮ ਮਿਲੇਗਾ ਨਾ ਮੈਂ ਆਪਣੇ ਵਿਚਾਰ ਲੋਕਾਂ ਤੱਕ ਪਹੁੰਚਾਵਾਂਗਾ ਕਿਉਂਕਿ ਕੋਰਟ ਕੇਸ ਦੇ ਦੌਰਾਨ ਪ੍ਰੈਸ ਉੱਥੇ ਆਉਂਦੀ ਹੈ ਤੇ ਪ੍ਰੈਸ ਦੇ ਜ਼ਰੀਏ ਮੇਰੇ ਵਿਚਾਰ ਪਹੁੰਚਣਗੇ ਔਰ ਉਹ ਹੋਇਆ ਬੜੀ ਪਿਆਰੀ ਪਲੈਨਿੰਗ ਨਾਲ ਚੱਲੇ ਨੇ ਭਗਤ ਸਿੰਘ ਔਰ ਨੈਚੁਰ ਕਈ ਵਾਰ ਕਿ ਕਿਦਾਂ ਇੱਕ ਬੰਦੇ ਨੂੰ ਹੱਥ ਪੈਰ ਬੰਨ ਕੇ ਤੇ ਗਲੇ 'ਚ ਰੱਸਾ ਪਾ ਕੇ ਇੱਕ ਝਟਕੇ ਦੇ ਨਾਲ ਖੂਹ ਦੇ ਵਿੱਚ ਲਟਕਾ ਦਿੱਤਾ ਜਾਂਦਾ ਔਰ ਉਹ ਜਾਨ ਆਸਾਨੇ ਨਾਲ ਨਿਕਲਦੀ ਨਹੀਂ ਹੁੰਦੀ ਉਹ ਕਿਦਾਂ ਜਾਨ ਨਿਕਲੀ ਹੋਏਗੀ ਭਗਤ ਸਿੰਘ ਦੀ ਤੇ ਉਹਨਾਂ ਦੇ ਸਾਥੀਆਂ ਦੀ ਔਰ ਹੋਰ ਵੀ ਜਿਹੜੇ ਫਾਂਸੀਆਂ ਦੇ ਜੜੇ ਨੇ ਉਹਨਾਂ ਦੀ ਜਾਨ ਕਿਵੇਂ ਨਿਕਲੀ ਹੋਏਗੀ ਕਿ ਪੂਰੀ ਤੁਹਾਡੇ ਸਰੀਰ ਦਾ ਜਿਹੜਾ weight ਹੈ ਜਿਹੜਾ ਭਾਰ ਹੈ ਉਹ ਤੁਹਾਡੀ ਗਰਦਨ ਦੇ ਉੱਤੇ ਆ ਔਰ ਇੱਥੇ ਰੱਸਾ ਬੰਨਿਆ ਤੁਸੀਂ ਇੱਥੇ ਲਟਕਣ ਟਏ ਹੋ ਔਰ ਆਰਡਰਸ ਹੋਏ ਨੇ ਕਿ ਜਦੋਂ ਤੱਕ ਜਾਨ ਨਾ ਨਿਕਲ ਜਾਏ ਉਹਨੂੰ ਲਟਕਾ ਕੇ ਰੱਖਣਾ ਹੈ ਹੈਂਗ ਟਿਲ ਡੈਥ ਜੋ ਤੱਕ ਉਹ ਡਿਕਲੇਅਰ ਨਹੀਂ ਕਰਦੇ ਤੇ ਜਾਨ ਇਸ ਇਨਸਾਨ ਦੀ ਆਸਾਨੀ ਨਾਲ ਨਿਕਲਦੀ ਨਹੀਂ ਕਿਵੇਂ ਨਿਕਲੀ ਹੋਗੀ ਕਿੰਨਾ ਤੜਪ ਕੇ ਨਿਕਲੀ ਹੋਈਗੀ ਉਹ ਜਾਨ ਤੇ ਅਸੀਂ ਕੀ ਕਦਰ ਕਰਦੇ ਪਏ ਮੈਨੂੰ ਇਹ ਕਈ ਵਾਰੀ ਮੈਂ ਕਲਪਨਾ ਕਰਦਾ ਨਾ ਮੇਰਾ ਦਿਲ ਪਰ ਆਉਂਦਾ ਕਿ ਅਸੀਂ ਬਿਲਕੁਲ ਹੀ ਕਦਰ ਨਹੀਂ ਕਰਦੇ ਪਏ ਉਸ ਉਸ ਚੀਜ਼ ਦੀ ਉਸ ਮੋਮੈਂਟ ਨੂੰ ਜ਼ਰਾ ਕਲਪਨਾ ਕਰਕੇ ਦੇਖੋ ਜੀ ਅਸੀਂ ਹੁੰਦੇ ਉਸ ਥਾਂ ਦੇ ਉੱਤੇ ਕਿਦਾਂ ਉਹ ਤੜਪਣਾ ਔਰ ਕਿਦਾਂ ਉਹ ਦਰਦ ਹੋਣਾ ਕਿਦਾਂ ਉਹ ਸਹੰਦੇ ਸਕਦੇ ਪਾਤਾ ਗੱਲ ਕੀ ਹੈ ਮੈਂ ਉਹੀ ਸੋਚਦਾ ਕਿ ਇਹ ਇਹ ਜਿਹੜੀ ਕਨ ਭਾਵਨਾ ਆ ਸੰਜੀਪ ਜੀ ਇਹ ਸਾਡੇ ਅੰਦਰ ਜਗਾਈ ਨਹੀਂ ਗਈ ਸਿਸਟਮ ਨੇ ਨਹੀਂ ਜਗਾਈ ਨੈਸ਼ਨਲ ਕੈਰੈਕਟਰ ਨਹੀਂ ਹੈ ਨੈਸ਼ਨਲ ਕੈਰੈਕਟਰ ਨਹੀਂ ਹੈ ਸਕੂਲਾਂ ਕਾਲਜਾਂ ਦੇ ਵਿੱਚ ਵੀ ਉਸ ਤੱਕ ਬੇਸਿਕ ਕਮਿਊਨिटीज ਨਹੀਂ ਪਹੁੰਚਦੀਆਂ ਤੇ ਨੈਸ਼ਨਲ ਕੈਰੈਕਟਰ ਕਿੱਥੋਂ ਹੋਵੇ ਬਿਲਕੁਲ ਸਹੀ ਇਹ ਚੀਜ਼ਾਂ ਉਦੋਂ ਮਿਲਦੀਆਂ ਨੇ ਜਦੋਂ ਹਨ ਤੁਸੀਂ ਇੱਕ ਵੈਲ ਸਟਰਕਚਰ ਸਕੂਲ ਬਣਾ ਲੈਂਦੇ ਹੋ ਤੁਸੀਂ ਤੁਹਾਡਾ ਬੱਚਾ ਉਥੋਂ ਪਾਸ ਹੋ ਗਿਆ ਤੁਹਾਡੇ ਪੇਰੈਂਟਸ ਬਹੁਤ ਚੰਗੇ ਨੇ ਖਲਾਕੀ ਉਹਨਾਂ ਨੂੰ ਨੌਕਰੀ ਮਿਲੀ ਹੋਈ ਹੈ ਪਿੰਡਾਂ ਦੇ ਵਿੱਚੋਂ ਨਾ ਮੈਂ ਪਿੰਡ ਤੋਂ ਹੋਣਾ ਆ ਉੱਥੇ ਪਤਾ ਕੀ ਹੈ ਸਰਕਾਰੀ ਸਕੂਲ ਦੇ ਵਿੱਚ ਮਾਪੇ ਦੋਵੇਂ ਦਿਹਾੜੀ ਜਾਂਦੇ ਆ ਮੁੰਡਾ ਸਕੂਲੇ ਤੋਰ ਦਿੰਦੇ ਆ ਉਹਨਾਂ ਨੂੰ ਲੱਗਦਾ ਕਿ ਚਲੋ ਮੁੰਡਾ ਆ ਜਾ ਕੁੜੀ ਸਾਡੀ ਸਕੂਲੇ ਚਲ ਜਵੇ ਹਾਂਜੀ ਵੀ 3-4 ਵਜੇ ਆਉਗੀ ਉਹ 3-4 ਵਜੇ ਲੈਣਾ ਆਉਂਦਾ ਆਪੇ ਘਰੇ ਮੂਮੀ ਰੋਟੀ ਬਣਾ ਜਾਂਦੀ ਸਵੇਰ ਨੂੰ ਖਾ ਕੇ ਉਹ ਖੇਡਣ ਲੱਪੈਂਦਾ ਸਾਰਾ ਦਿਨ ਮਾਤੇ ਮਾਪੇ ਥੱਕੇ ਆਉਂਦੇ ਫਿਰ ਦਿਹਾੜੀ ਤੋਂ ਇੰਨੀ ਕਿਉਂਕਿ ਇੰਨੀ ਗਰਮੀ ਦੇ ਵਿੱਚ 44-45 ਡਿਗਰੀ ਦੇ ਟੈਂਪਰੇਚਰ ਦੇ ਵਿੱਚ ਕੰਮ ਵਾਰ ਕਰਨਾ ਸੜਕਾਂ ਦੇ ਉੱਤੇ ਜਾਂ ਕਿਤੇ ਵੀ ਕੰਮ ਕਰਨਾ ਫਿਰ ਮਾਂ ਸ਼ਾਮ ਨੂੰ ਆ ਕੇ ਰੋਟੀ ਬਣਾਉਂਦੀ ਆ ਤੇ ਪੇ ਪੱਠਾ ਟੱਕਾ ਪਾ ਲੈਂਦਾ ਆ ਫਸਵਾ ਨੂੰ ਹਾਂਜੀ 7-8 ਵਜੇ ਜਾਂਦੇ ਤੇ ਆਪਦੇ ਨਿਆਣੇ ਨੂੰ ਚਾਹ ਲਾੜ ਕਰਕੇ ਸੌਂ ਜਾਂਦੇ ਆ ਇੱਥੇ ਐਜੂਕੇਸ਼ਨ ਕਿੱਥੇ ਨਹੀਂ ਗਈ ਸਹੀ ਹੈ ਫਿਰ ਉਹ ਕਰੈਕਟਰ ਕਿੱਥੋਂ ਪੈਦਾ ਹੋਣਾ ਪਹਿਲੀ ਗੱਲ ਤੇ 7-8 ਸਾਲ ਨਿਆਣੇ ਨੂੰ ਤਾਂ ਆਪ ਨੂੰ ਤਾਂ ਪਤਾ ਹੀ ਨਹੀਂ ਹੁੰਦਾ ਅਜੇ ਤੱਕ ਵੀ ਮੇਰੇ ਵਰਗੇ ਨੂੰ 14 14 15 16 ਤੱਕ ਨਹੀਂ ਪਤਾ ਹੁੰਦਾ ਵੀ ਪੜ੍ਹਨ ਦਾ ਜ਼ਰੂਰੀ ਆ ਕਿਉਂਕਿ ਖੇਡਣਾ ਬਹੁਤ ਉਸ ਉਸ ਏਜ ਦੇ ਵਿੱਚ ਨਾ ਪਿਆਰਾ ਹੁੰਦਾ ਬੱਚੇ ਨੂੰ ਤੇ ਉਹ ਉਹ ਮਾਪੇ ਆਪੇ ਕਿੱਥੇ ਆਪਣੇ ਬੱਚੇ ਨੂੰ ਕੁਆਲਿਟੀ ਪੈਦਾ ਕਰ ਲੈ ਫਿਰ ਦੂਸਰੇ ਪੰਨੇ ਇੰਡੀਆ ਵਾਲੇ ਨਿਆਣੇ ਆ ਮੰਮਾ ਅਗਰ ਪੇਰੈਂਟਸ ਮੀਟਿੰਗ ਮਿਸ ਹੋ ਜਾਵੇ ਤੇ ਸਾਰੇ ਨੌਕਰਾਂ ਨੂੰ ਡਾਟ ਦਿੰਦੀ ਆ ਵੀ ਹੈ ਐਕਚੁਅਲੀ ਸੰਸਕਾਰ ਪੈਦਾ ਹੋਣੇ ਚਾਹੀਦੇ ਨੇ ਔਰ ਮਾਪੇ ਨੂੰ ਦੱਸਣਾ ਚਾਹੀਦਾ ਆਪਣੇ ਬੱਚਿਆਂ ਨੂੰ ਕਿ ਜਿਨ੍ਹਾਂ ਲੋਕਾਂ ਨੇ ਸਾਡੇ ਵਾਸਤੇ ਆਪਣੀ ਜਾਨ ਦਿੱਤੀ ਸਿੱਖ ਗੁਰੂਆਂ ਨੇ ਸਾਡੇ ਸਿੱਖ ਗੁਰੂ ਅਸੀਂ ਸਾਰੇ ਸਿੱਖ ਬਾਬਾ ਨਾਨਕ ਦੀ ਧਰਤੀ ਤੇ ਪੰਜਾਬ ਦੀ ਧਰਤੀ ਦੇ ਸਾਰੇ ਅਸੀਂ ਬਾਬਾ ਨਾਨਕ ਤੇ ਸਿੱਖ ਹ ਸਾਡੇ ਗੁਰੂ ਸਹਿਬਾਨਾਂ ਨੇ ਆਪਾਂ ਵਾਰੇ ਆਪਣੇ ਪਰਿਵਾਰ ਬਾਰੇ ਸਾਨੂੰ ਦੱਸਣਾ ਚਾਹੀਦਾ ਆਪਣੇ ਬੱਚਿਆਂ ਨੂੰ ਸੰਸਕਾਰ ਦੇਣੇ ਚਾਹੀਦੇ ਨੇ ਵੀ ਆਪਣੇ ਆਪ ਨੂੰ ਕਿੱਦਾਂ ਹੁੰਦਾ ਹੁੰਦਾ ਹੈਗਾ ਮੈਂ ਉਹ ਹੀ ਗੱਲਾਂ ਦੱਸਣੀਆਂ ਵੀ ਜਿਨ੍ਹਾਂ ਕੋਲੇ ਪੇਟ ਨਾ ਪਈਆਂ ਰੋਟੀਆਂ ਤੇ ਸੱਬੇ ਗੱਲਾਂ ਖੋਟੀਆਂ ਗੱਲ ਤੇ ਹੀ ਆ ਗੱਲ ਇਹ ਆ ਨਾ ਕਿ ਜੇ ਹੁਣ ਉਹ ਥੱਕ ਹਾਰ ਕੇ 44 ਡਿਗਰੀ ਟੈਂਪਰੇਚਰ ਚ ਇੱਕ ਦੂਸਰੇ ਦਾ ਮੂੰਹ ਨਹੀਂ ਵੇਖਣ ਦਾ ਦਿਲ ਕਰਦਾ ਕਿ ਖਾਣ ਪੀਣੂ ਜੋ ਕੋ ਉਹਨਾਂ ਘਰਾਂ ਚ ਖਾਣ ਪਰ ਇਨੀ ਇਟੇਬਲ ਆਇਲਸ ਦੀ ਗੱਲ ਕਰ ਲੋ ਕਿੰਨੇ ਮਹਿੰਗੇ ਤੇਲ ਆ ਇੱਕ ਦਿਹਾੜੀ ਚ ਤੋਂ ਉਹਨਾਂ ਦਾ ਘਰ ਦਾ ਖਰਚਾ ਨਹੀਂ ਪੂਰਾ ਹੋਣਾ ਫਿਰ ਨਿਆਣਾ ਕੱਦ ਲਾਇਆ ਨਿਆਣੇ ਨੂੰ ਖਾਣ ਪੀਣ ਨੂੰ ਚੀਜ਼ਾਂ ਚਾਹੀਦੀਆਂ ਉੱਥੇ ਉਹ ਕਿੱਦਾਂ ਇਹ ਗੱਲਾਂ ਕਰਨ ਇਹਨੂੰ ਅਸੀਂ ਕਹਿੰਦੇ ਆ ਸੌਫਟ ਐਡੀਸ਼ਨਲ ਐਡਸ ਬਿਲਕੁਲ ਸਹੀ ਗੱਲ ਹੈ ਔਰ ਤੁਸੀਂ ਦੇਖੋ ਸੰਸਕਾਰ ਔਰ ਕਈ ਕਾਰਨ ਐਸੇ ਹੋਏ ਪੈਦਾ ਮਜਬੂਰੀਆਂ ਦੇਸ਼ ਤੇ ਹਦਾਤ ਤਾਂ ਉੱਥੋਂ ਕੌਣ ਪੈਦਾ ਹੁੰਦੇ ਨੇ ਲਾਰੈਂਸ ਬਿਸ਼ਨੋਈ ਇਦਾਂ ਦੇ ਗੈਂਗਸਟਰਸ ਲਾਰੈਂਸ ਬਿਸ਼ਨੋਈ ਹੁਣਾਂ ਜਿਹੜੇ ਆ ਨਾ ਇਹ ਉਹ 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 ਕਰਦਾਰ ਨੇ ਜਿਹੜੇ ਬੜੇ ਸੋਹਣੇ ਬੈਕਗ੍ਰਾਉਂਡ ਤੋਂ ਆਉਂਦੇ ਨੇ ਬੜੇ ਕਹਿੰਦੇ ਨੇ ਕਿ ਲਾਰੈਂਸ ਬਿਸ਼ਨੋਈ ਸ਼ਾਇਦ ਆਪਣੇ ਕਾਲਜ ਟਾਈਮ ਸਰ ਫਰੋਸ਼ੀ ਕੀ ਤਮੰਨਾ ਅਬ ਹਮਾਰੇ ਦਿਲ ਮੇ ਹੈ ਇਹ ਵਾਲੀ ਕਵਿਤਾ ਜੋ ਪਗਤ ਸਿੰਘ ਪੜ੍ਹਦੇ ਹੁੰਦੇ ਨੇ ਇਹ ਹੀ ਕਵਿਤਾ ਉਹ ਸਟੇਜ ਤੋਂ ਉੱਤੇ ਪੜ੍ਹਦੇ ਹੁੰਦੇ ਸੀ ਲਾਰੈਂਸ ਬਿਸ਼ਨੋਈ 2010 ਦੇ ਵਿੱਚ ਐਕਟਿਵ ਹੋ ਗਿਆ ਲਾਰੈਂਸ ਪਤਾ ਨਹੀਂ ਕਿ ਕਿਵੇਂ ਹੋਇਆ ਕਿੱਦਾਂ ਹੋਇਆ ਇਹ ਕਿਉਂਕਿ ਤੁਸੀਂ ਜਿੰਨੇ ਵੀ ਗੈਂਗਸਟਰ ਪੰਜਾਬ ਦੇ ਲਾਓ ਨਾ ਜਿਹੜੇ ਨਾਮੀ ਗੈਂਗਸਟਰ ਆ ਇਹ ਬੜੇ ਕਾਲਜਾਂ ਯੂਨੀਵਰਸਿਟੀਆਂ ਚੋਂ ਨਿਕਲੇ ਨੇ ਇੰਟੈਲੀਜੈਂਟ ਬ੍ਰੇਨ ਨੇ ਇੰਟੈਲੀਜੈਂਸ ਬ੍ਰੇਨ ਨੇ ਆ ਜਾਂ ਸਪੋਰਟਸ ਪਰਸਨ ਨੇ ਸਪੋਰਟਸ ਪਰਸਨ ਹੈ ਨਾ ਤੁਸੀਂ ਇਹ ਚੀਜ਼ਾਂ ਤੋਂ ਲੈ ਕੇ ਚੱਲੋ ਹੁਣ ਆਪਾਂ ਮੁੜ ਕੇ ਆਉਣੇ ਕਿਉਂਕਿ ਬੜੀਆ ਡਿਸਕਸ ਕਰ ਲਿਆ ਕਿਉਂਕਿ ਇਹ ਕਿੱਦਾਂ ਹੋਇਆ ਕੀ ਹੋਇਆ ਕਿਸ ਤਰੀਕੇ ਨਾਲ ਹੋਇਆ ਨਾ ਇਹਨਾਂ ਦੇ ਪਿੱਛੇ ਪੋਲੀਟੀਕਲ ਤਾਂ ਹੈ ਰਾਜਨੀਤੀ ਤਾਂ ਹੈ ਹਾਂਜੀ ਹੈ ਨਾ ਆਪਾਂ ਉਹਨੂੰ ਛੱਡਦੇ ਹਾਂ ਕਿਉਂਕਿ ਆਪਾਂ ਹੁਣ ਬੜੀਆ ਡਿਸਕਸ ਕਰ ਲਿਆ ਸਮਾਂ ਉਹਨਾਂ ਕੀ ਹੁੰਦਾ ਸਾਡੇ ਕੋਲੇ ਅਸੀਂ ਉੱਥੇ ਆਉਣ ਕਿ ਅੱਜ ਕੱਲ ਲੋਰੈਂਸ ਮਿਸ਼ਨੋਈ ਨੂੰ ਜਿਹੜਾ ਲਿਆਂਦਾ ਗਿਆ ਕਿੰਨੀ ਸਿਕਿਉਰਿਟੀ ਦੇ ਵਿੱਚ ਲਿਆਂਦਾ ਗਿਆ ਕਿਉਂਕਿ ਫਿਰ ਉਹਨੂੰ ਮਾਨਸਾ ਲੈ ਗਿਆ ਫਿਰ ਮਾਨਸਾ ਲੱਗਿਆ ਕਿ ਨਹੀਂ ਨਹੀਂ ਵੀ ਇੱਥੇ ਸਿਕਿਉਰਿਟੀ ਨਹੀਂ ਇੰਟੈਕਟ ਨਹੀਂ ਹੋ ਸਕਦੀ ਨਹੀਂ ਪੱਕੜੀ ਨਹੀਂ ਹੋ ਸਕਦੀ ਉਹਨਾਂ ਦੀ ਫਿਰ ਉਹਨੂੰ ਖਰੜ ਕਿਸੇ ਹੁਣ ਰੂਪੋਸ਼ ਜਗ੍ਹਾ ਦੇ ਵਿੱਚ ਰੂਪੋਸ਼ ਕਰ ਦਿੱਤਾ ਹੈ ਉੱਥੇ ਕੋਈ ਸੀਕ੍ਰੇਟ ਜਗ੍ਹਾ ਦੇ ਵਿੱਚ ਰੱਖ ਕੇ ਉੱਥੋਂ ਪੁੱਛ ਗਿੱਚ ਹੋਵੇਗੀ ਜਿਵੇਂ ਤੁਸੀਂ ਕਹਿੰਦੇ 22 ਜੂਨ ਤੱਕ 22 ਜੂਨ ਤੱਕ ਹੈ ਹੈਨਾ ਪੁਲਿਸ ਰਿਮਾਂਡ ਹੈ ਪਰ ਮੈਨੂੰ ਦੇਖੋ ਸਾਰੇ ਕਹਿੰਦੇ ਜੀ ਬੜੇ ਵੱਡੇ ਖਲਾਸੇ ਹੋਣਗੇ ਮੈਨੂੰ ਨਹੀਂ ਲੱਗਦਾ ਖਲਾਸੇ ਹੋਣਗੇ ਹੂੰ ਚਾਰ ਗੈਂਗਸਟਰਾਂ ਦੇ ਹੋਰ ਨਾਂ ਲੈ ਲਊਗਾ ਜੀ ਆ ਫਲਾਣੇ ਫਲਾਣੇ ਸੀ ਕੀ ਹੋਊਗਾ ਉੱਥੇ ਕੁਝ ਅਰੈਸਟ ਹੋਣਗੇ ਹਾਂ ਕੀ ਕੀ ਇਹ ਆਲਰੇਡੀ ਸਾਡੇ ਕੋਲੇ ਹੈ ਸਭ ਕੁਝ ਬਿਲਕੁਲ ਸਹੀ ਹੈ ਨਾ ਉਹ ਦੱਸ ਦਊਗਾ ਜੀ ਫਲਾਣਾ ਫਲਾਣਾ ਗੈਂਗਸਟਰ ਲਈ ਤਾਂ ਅਸੀਂ ਫਲਾਣਾ ਫਲਾਣਾ ਦਿੱਤਾ ਸੀ ਸੰਦੀਪ ਕੇਕੜ ਨੇ ਰੇਕੀ ਕੀਤੀ ਸੀਗੀ ਜੀ ਉਹ ਤੁਹਾਨੂੰ ਪਤਾ ਪਹਿਲਾਂ ਪਤਾ ਲੱਗ ਗਿਆ ਸ਼ਾਪ ਸ਼ੂਟਰਜ਼ ਉਥੋਂ ਉਥੋਂ ਨੇ ਇਹਦੇ ਪਿੱਛੇ ਜੋ ਅਸਲ ਅਸੀਂ ਕਹਿੰਨੇ ਆ ਵੀ ਥਰਡ ਟਰੈਕ ਕਿਹੜਾ ਹੋਊਗਾ ਉਹ ਟਰੈਕਟਰ ਸਾਹਮਣੇ ਹੁੰਦੇ ਆ ਵੀ ਲਾਰੈਂਸ ਮਿਸ਼ਨੋਈ ਨੇ ਰਿਸਪੌਂਸਿਬਿਲਟੀ ਲਈ ਆ ਥੱਲੇ ਵਾਲਿਆਂ ਨੇ ਮਾਰ ਦਿੱਤਾ ਥਰਡ ਟਰੈਕ ਹੀ ਆ ਜਿਹੜਾ ਪਿੱਛੇ ਬੈਕਗਰਾਉਂਡਰ ਆ ਕਿੰਗ ਪਿੰਸ ਕੋ ਤੇ ਉਹ ਤਾਂ ਕਦੇ ਸਾਹਮਣੇ ਨਹੀਂ ਆਉਣੇ ਕਿਸ ਤੱਕ ਨਹੀਂ ਆਇਆ ਕਿੱਥੋਂ ਹੁਣ ਅੱਜ ਤੱਕ ਨਹੀਂ ਆਇਆ ਇਹ ਕਿਹੜਾ ਪਹਿਲਾ ਕੇਸ ਆ ਉਹਦੇ ਕੋਲੇ ਪੰਜ ਸਟੇਟਾਂ ਦੇ ਵਿੱਚ ਉਹਦੇ ਕੋਲੇ 36 ਤੋਂ ਵੱਧ ਕੇਸ ਉਹਦੇ ਤੇ ਦਰਜ ਆ ਬਿਲਕੁਲ ਜਿੱਪਾ ਪੰਜਾਬ ਦੀ ਗੱਲ ਕਰੀਏ ਸਭ ਤੋਂ ਜ਼ਿਆਦਾ 17 ਕੇਸ ਆ ਉਹ ਉਹ ਕੀ ਅਸੀਂ ਉਹ ਤੋਂ ਕੀ ਕੀ ਕਹਿ ਸਕਦੇ ਆ ਇਹ ਤੇ ਸਿਸਟਮ ਨੂੰ ਖਤਮ ਕਰਨ ਦੀ ਲੋੜ ਆ ਕਿ ਮੁੜ ਕੇ ਕੋਈ ਫਾਨ ਚੱਕੇ ਹੀ ਨਾ ਬਿਲਕੁਲ ਜਿਹੜੇ ਕਿੰਗ ਪਿੰਜ਼ ਨੇ ਉਹ ਪਿੱਛੇ ਬੈਠੇ ਨੇ ਕਿਸੇ ਵੀ ਮਾਮਲੇ ਦੇ ਸਾਹਮਣੇ ਨਹੀਂ ਆਉਂਦੇ ਕੋਈ ਵੀ ਮਾਮਲਾ ਹੋਵੇ ਔਰ ਜਦੋਂ ਤੱਕ ਕਿੰਗ ਪਿੰਜ਼ ਮੌਜੂਦ ਨੇ ਤਾਂ ਲਾਰੈਂਸ ਬਿਸ਼ਨੋਈ ਪੈਦਾ ਹੁੰਦੇ ਰਹਿਣਗੇ ਔਰ ਗੈਂਗਸਟਰਸ ਪੈਦਾ ਹੁੰਦੇ ਰਹਿਣਗੇ ਗੈਂਗ ਵਾਰਸ ਚਲਦੀਆਂ ਰਹਿਣਗੀਆਂ ਮਰਡਰਸ ਵੀ ਇਹ ਇਹਨੂੰ ਇਹਨੂੰ ਇਹ ਇਹ ਕ ਲਾਰੈਂਸ ਨੂੰ ਮਾਰਾਂਗੇ ਤਾਂ ਬਥੇਰੇ ਦੋ ਤਿੰਨ ਲਾਰੈਂਸ ਥੱਲੇ ਛੱਡ ਕੇ ਆਇਆ ਹੋਣਾਗਾ ਸਿਸਟਮ ਇਦਾਂ ਦਾ ਬਣਿਆ ਗੈਂਗ ਗੈਂਗ ਬੜੀ ਉਹ ਪਾਕੇ ਨੇ ਆਰਗੇਨਾਈਜ਼ ਵੱਡਾ ਕ੍ਰਾਈਮ ਆ ਜੀ ਹਮ ਹੈਨਾ ਨਾਬਾ ਜੇਲ੍ਹ ਉਦੋਂ ਹੁੰਦਾ ਜਦੋਂ ਨਾਬਾ ਜੇਲ੍ਹ ਬ੍ਰੇਕ ਉਦੋਂ ਹੁੰ ਜਦੋਂ ਇਲੈਕਸ਼ਨ ਹੋ ਹਟਦੀਆਂ ਉਹ ਨਾਬਾ ਜਿਲ੍ਹ ਦੇ ਸਾਰੇ ਜਿਹੜੇ ਬਾਹਰ ਨਿਕਲੇ ਸੀ ਉਹ ਵਾਪਸ ਆ ਜਾਂਦੇ ਐ ਐਡੀ ਸਟ੍ਰਿਕਟ ਜੇਲ੍ਹ ਚੋਂ ਬਾਹਰ ਸਟ੍ਰਿਕਟ ਜੇਲ੍ਹ ਚੋਂ ਬਾਹਰ ਆਉਂਦੇ ਆ ਜੇਲ੍ਹ ਤੋੜਨ ਦੀ ਗੱਲ ਵੀ ਆ ਜਾਂਦੀ ਹੈ ਤਾਂ ਹੋਰ ਜ਼ਿਆਦਾ ਹਾਈ ਅਲਰਟ ਤੇ ਹੋ ਜਾਂਦੇ ਨੇ ਇੱਕ ਬੜੀ ਪਿਆਰੀ ਕਿਸੇ ਨੇ ਗੱਲ ਕਹੀ ਸੀ ਅ ਕਿਸੇ ਐਕਸਪਰਟ ਨੇ ਕਹਿੰਦਾ ਕਿ ਤੁਸੀਂ ਸਿਸਟਮ ਦੀ ਗੱਲ ਕਰਦੇ ਹੋ ਨਾ ਕਿ ਸਿਸਟਮ ਐਦਾਂ ਸਿਸਟਮ ਐਦਾਂ ਸਿਸਟਮ ਨੂੰ ਬਦਲ ਦਿਓ ਕਹਿੰਦਾ ਸਿਸਟਮ ਨੂੰ ਬਦਲਣ ਦੀ ਕੋਸ਼ਿਸ਼ ਕਰੋ ਸਿਸਟਮ ਤੁਹਾਨੂੰ ਬਦਲ ਦਿੰਦਾ ਮੈਂ ਮੈਂ ਉਹੀ ਪਾਪਾ ਸ਼ੁਰੂ ਤੇ ਗੱਲ ਉਹ ਕੀਤੀ ਹੈ ਇਹ ਕੋਈ ਲੌਬੀ ਹੈ ਜਿਹੜੀ ਬੈਠੀ ਹੋਈ ਹੈ ਜਿੰਨ ਜਦੋਂ ਤੁਸੀਂ ਸਿਸਟਮ ਨੂੰ ਬਦਲਣ ਦੀ ਕੋਸ਼ਿਸ਼ ਕਰਦੇ ਹੋ ਇਹ ਲੌਬੀ ਜਿਹੜੀ ਹੈ ਐਕਟਿਵ ਹੋ ਜਾਂਦੀ ਹੈ ਇਹ ਤੁਹਾਨੂੰ ਬਦਲਦੀ ਹੈ ਜੇ ਫਿਰ ਤੁਹਾਨੂੰ ਤੁਸੀਂ ਨਹੀਂ ਬਦਲਦੇ ਤਾਂ ਫਿਰ ਤੁਹਾਡਾ ਪਤਾ ਨਹੀਂ ਲੱਗਦਾ ਤੁਸੀਂ ਕਿੱਥੇ ਅੱਛਾ ਸਾਡੇ ਨਾ ਪਿੰਡਾਂ ਦੇ ਵਿੱਚ ਬੜੀ ਗੱਲ ਸੁਣਾਉਂਦੇ ਸੀਗੇ ਬਜ਼ੁਰਗ ਸਾਡੇ ਉਹ ਸਾਥ ਚ ਬਹਿਣਦੇ ਪਤਾ ਨਹੀਂ ਗੱਲ ਸੱਚੀ ਆ ਕਿ ਝੂਠੀ ਆ ਹੂੰ ਹੂੰ ਉਹ ਗੱਪ ਬੜੀ ਵੱਡੀ ਮਾਰਦੇ ਕਹਿੰਦੇ ਜੀ ਕਹਿੰਦੇ ਜੀ ਮੈਂ ਕਹਿੰਦੇ ਮਿਲਣ ਚਲੇਗਾ ਮੁੱਖ ਮੰਤਰੀ ਨੂੰ ਪਤਾ ਨਹੀਂ ਐਂ ਗੱਲਾਂ ਕਰਦੇ ਪਤਾ ਨਹੀਂ ਕੌਣ ਮੁੱਖ ਮੰਤਰੀ ਸੀ ਉਸ ਟਾਈਮ ਕਹਿੰਦੇ ਜੀ ਮੁੱਖ ਮੰਤਰੀ ਸਾਹ ਦਾ ਜਿਹੜਾ ਲੰਚ ਆ ਨਾ ਉਹ ਕਿਦਾਂ ਤਿਆਰ ਹੁੰਦਾ ਸਰਪ੍ਰਸ਼ਕ ਕਿਦਾਂ ਤਿਆਰ ਹੁੰਦਾ ਕਹਿੰਦੇ ਉਹ ਕੁੱਕੜ ਰੱਖਦਾ 10 10 ਕੁੱਕੜ ਮੁਰਗੇ 10 ਕੁੱਕੜ ਰੱਖਣੇ ਆ ਜੀ ਤਕੜੇ ਕਿਸਮ ਦੇ ਮੁਰਗੇ ਰੱਖਣੇ ਆ ਉਹਨਾਂ ਨੂੰ ਫਿਰ ਪਾਉਣਾ ਮੀਟ ਉਹਨਾਂ ਨੂੰ ਮਤਲਬ ਛੋਟੇ ਆ ਮੁਰਗਿਆਂ ਦਾ ਮੀਟ ਪਾਉਣਾ ਆ ਉਹ ਮਹੀਨੇ ਇੱਕ ਚ ਤਿਆਰ ਕਰਕੇ ਫਿਰ ਉਹ ਲਈ ਰੋਜ਼ ਦਾ ਇੱਕ ਇੱਕ ਵੜਨਾ ਆ ਵੀ ਤੂੰ ਹੀ ਜਾ ਬੁਲਾ ਲਓ ਵੀ ਲੋਕਾਂ ਦੇ ਦਿਮਾਗ 'ਚ ਇੰਨੀ ਫੈਸੀਨੇਸ਼ਨ ਆ ਐਡਾ ਵੱਡਾ ਮਿਸਟਰੀਅਸ ਰੱਖਿਆ ਵੀ ਬਈ ਜਿਹੜਾ ਇਹਨਾਂ ਦਾ ਖਾਣ ਪਾਣ ਵਾ ਇਹ ਐਦਾਂ ਆਉਂਦਾ ਫਿਰ ਹੁਣ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਵਾਕਈ ਧੂਆਂ ਅੱਗ ਵਿੱਚ ਦਾ ਸਾਨੂੰ ਇਹ ਧੂਆਂ ਜਿਹੜਾ ਇੰਡੈਕਸ ਆ ਸਕਦਾ ਹੂੰ 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 ਕੁਝ ਤੇ ਇਦਾਂ ਦਾ ਹੈਗਾ ਨਾ ਚਲੋ ਇਹ ਤੇ ਚਲੋ ਨਹੀਂ ਹੋ ਸਕਦਾ ਪਰ ਕੁਝ ਤੇ ਕਹ ਕਹ ਲਈ ਹੈ ਨਾ ਕਿ ਸ਼ਾਹੀ ਸ਼ਾਹੀ ਚੀਜ਼ਾਂ ਹੁੰਦੀਆਂ ਨਾ ਸੋ ਜਦੋਂ ਇਦਾਂ ਦੀਆਂ ਸ਼ਾਹੀ ਚੀਜ਼ਾਂ ਹੋ ਜਾਂਦੀਆਂ ਨਸ਼ਾ ਹੋ ਜਾਂਦਾ ਚੀਜ਼ਾਂ ਦਾ ਉਹ ਫਿਰ ਨਸ਼ਾਤ ਕਹਿੰਦੇ ਵੀ ਹਰ ਚੀਜ਼ ਦਾ ਹੀ ਮਾੜਾ ਸਿਲਤੀ ਹੁਣ ਉਹ ਧਰਮ ਸੋਧ ਜੀ ਜਿਸ ਇਲਾਕੇ ਚ ਹੈਗੇ ਸੀ ਸਾਧੂ ਧਰਮ ਸੋਧ ਜੀ ਇੱਥੇ ਉਹਨਾਂ ਦੀ ਆ ਜਲਦੀ ਸੀ ਰਿਆਸਤ ਰਿਆਸਤ ਸ਼ਾਹੀ ਜਿਹੜਾ ਤੁਸੀਂ ਸ਼ਾਹੀ ਜਿੱਥੇ ਚੱਲਦਾ ਸੀ ਕੰਮ ਹੁਣ ਉਸੇ ਹੀ ਇਲਾਕੇ ਦੇ ਵਿੱਚ ਜਿਹੜਾ ਜੇਲ ਹੈ ਉੱਥੇ ਉਹ ਅਰੈਸਟ ਨੇ ਗ੍ਰਿਫਤਾਰ ਨੇ ਦੇਖੋ ਹੁਣ ਸਰਤਾ ਸਾਧੂ ਸੰਗਤ ਧਰਮ ਸੋਧੀ ਲਾ ਦੋ ਕੀ ਨਹੀਂ ਦਿੱਤਾ ਤੁਸੀਂ ਕੈਬਨਿਟ ਮਨਿਸਟਰ ਨਾਲ ਜੰਗਲਾਤ ਮਹਿਮਲਾ ਤੁਹਾਡੇ ਕੋਲੇ ਆ ਸਭ ਕੁਝ ਪਰ ਉਹ ਕਹਿੰਦੇ ਨਹੀਂ ਵੀ ਉਤੋਂ ਉਤੋਂ ਕੀ ਬਣਦਾ ਉਤੋਂ ਕੀ ਬਣਦਾ ਹੈਨਾ ਹੁਣ ਇਹ ਕਹਿੰਦੇ ਆ ਵੀ ਉਤੋਂ ਨੂੰ ਕਿਤੇ ਮੈਂ ਕਿਹੜਾ ਵੀ ਚਾਟ ਦੀ ਰੇੜੀ ਲਾਉਣਾ ਜਾਂ ਮੈਂ ਕਿਹੜਾ ਬਾਜੇ ਵਾਲਾ ਆ ਅੱਜ ਕੱਲ ਮੀਮਸ ਦੇ ਚੱਲਦੇ ਆ ਨਾ ਜੀ 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 ਵੀ ਮੈਂ ਫੇ ਹੁਣ ਕਲੀਅਰ ਕਰ ਦਿੰਦਾ ਵੀ ਕੱਲਾ ਬਾਜੇ ਵਾਲਾ ਨੂੰ ਉਤੋਂ ਨਹੀਂ ਬਣਦਾ ਆ ਕੈਬਿਨੇਟ ਮਨਿਸਪਟੀ ਵੀ ਉਤੋਂ ਬਣਾਉਂਦੇ ਆ ਬਹੁਤ ਕੁਝ ਚੱਲਦਾ ਜੀ ਇਹਨਾਂ ਦੀ ਉਤੋਂ ਫਿਰ ਫਿਰ ਸਾਡ ਨੂੰ ਸਾਡੇ ਨਿਆਣਿਆਂ ਨੂੰ ਜਿਹੜੇ ਵਿਚਾਰੇ ਐਸਸੀ ਭਾਈਚਾਰੇ ਦੇ ਨਿਆਣੇ ਆ ਜਾਂ ਕਿਸੇ ਹੋਰ ਭਾਈਚਾਰੇ ਦੇ ਨਿਆਣੇ ਜਿਨ੍ਹਾਂ ਨੂੰ ਸਾਈਕਲ ਮਿਲਦੇ ਆ ਉਹਨਾਂ ਨੂੰ ਉਹਨਾਂ ਤੇ ਤੇ ਲਾ ਦਿੰਦੇ ਫੋਟੋ ਬੀ ਰਾਜਨੀ ਸੇਵਾ ਕਰਕੇ ਬਾਦਲ ਸਾਹਿਬ ਦੀ ਦਿ ਫੋਟੋ ਲਈ ਹੁੰਦੀ ਆ ਆ ਜਿਹੜੀਆਂ ਤੁਹਾਡੇ ਮੁੰਡੇ ਰੇਂਜ ਰੋਵਰਾਂ ਲਈ ਫਿਰਦੇ ਆ ਇਹਨਾਂ ਤੇ ਤੁਹਾਨੂੰ ਤੁਸੀਂ ਕਹਤੋ ਨਹੀਂ ਫੋਟੋ ਲੋਣੇ ਬਿਲਕੁਲ ਤੇ ਇਹਨਾਂ ਤੇ ਫੋਟੋ ਤੋਂ ਮਿਲਦਾ ਸਾਰੇ ਸਾਰੇ ਆਵਾਮ ਦੀ ਲਾ ਲੈਣੀ ਚਾਹੀਦੀ ਆ ਕਿਉਂਕਿ ਇਹ ਹਾਡੇ ਤੋਂ ਹੀ ਲਿੱਤੀਆਂ ਸਾਡੀ ਸਪਾਂਸਰਸ਼ਿਪ ਹੈ ਜੀ ਸਾਡੀ ਸਪਾਂਸਰਸ਼ਿਪ ਤੇ ਤੁਹਾਡੇ ਨਿਆਣੇ ਰੇਂਜ ਰੋਵਰਾਂ ਚ ਘੁੰਮਦੇ ਆ ਉਹ ਉਹ ਅਰੇਂਜਰ ਰੋਵਰ ਦਿੱ ਦਿੱ ਤੁਸੀਂ ਜਿਹੜੇ ਲੱਗੇ ਹੋਏ ਸਟicker ਹੁੰਦੇ ਆ ਰੇਂਜ ਰੋਵਰ ਵਾਲਿਆਂ ਦੇ ਉਹ ਵੀ ਲਾ ਦਿੰਨੇ ਆ ਵੀ ਨਹੀਂ ਮੈਨੂੰ ਪਿਓਰ ਕਾਲੀ ਰੇਂਜ ਰੋਵਰ ਚਾਹੀਦੀ ਆ ਇਹਨਾਂ ਨੇ ਸਾਰੀ ਆਪਣੀ ਬੰਦੋਬਸਤ ਕੀਤੀ ਹੋਈ ਨੇ ਇੱਥੇ ਵੀ ਬੱਚੇ ਵਿਦੇਸ਼ਾਂ ਸੈਟਲ ਨੇ ਵੀ ਕਿਤੇ ਜਾਣਾ ਪਿਆ ਕਿਤੇ ਨਿਕਲਣਾ ਪਿਆ ਭੱਜਣਾ ਪਿਆ ਤਾਂ ਕਿਹੜੇ ਮੁਲਕ ਜਾ ਕੇ ਕਿੱਥੇ ਕਿਵੇਂ ਸੈਟਲ ਹੋਣਾ ਪੂਰੇ ਅਰੇਂਜਮੈਂਟਸ ਨੇ ਜੋ ਅੰਦਰ ਦੀਆਂ ਖਬਰਾਂ ਮਿਲਦੀਆਂ ਨੇ ਬਾਕੀ ਤਾਂ ਜਦੋਂ ਤੱਕ ਗੇਮ ਖੇਡਣੀ ਫਿੜੀ ਜਾਂਦੇ ਬਿਨਾਂ ਉਹ ਕਹਿੰਦੇ ਵੀ ਜਦੋਂ ਤੱਕ ਉੱਤੋਂ ਬਣਾਉਣੇ ਆ ਉੱਤੋਂ ਵਾਲਾ ਵੀ ਜਦੋਂ ਤੱਕ ਉੱਤੋਂ ਬਣਦਾ ਠੀਕ ਆ ਨਹੀਂ ਬਣਿਆ ਤੇ ਆਪਾਂ ਚੱਲ ਜਾਵਾਂਗੇ ਇਹ ਨਾ ਘੋਣਵਾ ਇਹ ਇਹ ਘੋਣੂ ਸਿਸਟਮ ਨੂੰ ਬਦਲਣਾ ਪੈਣਾ ਔਰ ਮੈਨੂੰ ਲੱਗਦਾ ਕਿਤੇ ਨਾ ਕਿਤੇ ਉਮੀਦਾਂ ਬਹੁਤ ਨੇ ਆਮ ਆਦਮੀ ਪਾਰਟੀ ਤੋਂ ਔਰ ਉਮੀਦ ਤੇ ਉੱਤੇ ਦੁਨੀਆ ਕਾਇਮ ਆ ਜਾਂਦੇ ਜਾਂਦੇ ਆਪਾਂ ਜਾਂਦੇ ਜਾਂਦੇ ਗੱਲ ਕਰਾਂਗੇ ਇੱਕ ਲਾਈਨ ਮੈਂ ਬੋਲਾਂਗਾ ਕਿ ਉਮੀਦ ਬਹੁਤ ਆ ਉਮੀਦ ਤੇ ਦੁਨੀਆ ਕਾਇਮ ਹੈ ਪਰ ਉਮੀਦ ਕੋਈ ਪਲੈਨਿੰਗ ਨਹੀਂ ਹੁੰਦੀ ਇਹ ਉਮੀਦ ਕੋਈ ਸਟ੍ਰੈਟੇਜੀ ਨਹੀਂ ਉਮੀਦ ਕੋਈ ਸਟ੍ਰੈਟੇਜੀ ਨਹੀਂ ਹੈ ਉਮੀਦ ਹੋਪ ਹੋਪ ਇਜ਼ ਨਾਟ ਅ ਸਟ੍ਰੈਟੇਜੀ ਉਮੀਦ ਇੱਕ ਭਾਵਨਾ ਹੈ ਹਾਂ ਹੋਣੀ ਚਾਹੀਦੀ ਹੈ ਕਿ ਤੁਸੀਂ ਪੋਜ਼ਿਟਿਵ ਹੈਗੇ ਹੋ ਪੋਜ਼ਿਟਿਵ ਰਹਿੰਦੇ ਹੋ ਤੁਸੀਂ ਕੰਮ ਕਰਦੇ ਹੋ ਇੱਕ ਜਾਂਦੇ ਜਾਂਦੇ ਗੱਲ ਕਰਾਂਗੇ ਕਿ ਜ਼ਿਲ੍ਹਿਆਂ ਵਾਲੇ ਬਾਗ ਦੇ ਦਰਸ਼ਨ ਕਰਨ ਜਾਣੇ ਨਾ ਸਿੱਧਾ ਦਰਸ਼ਨ ਹੀ ਬੋਲਾਂਗੇ ਨਾ ਜਿੱਥੇ ਸ਼ਹਾਦਤ ਹੋਈ ਹੈ ਨਹੀਂ ਉਹ ਤੋਂ ਮੈਨੂੰ ਲੱਗਦਾ ਇਹ ਅਸੀਂ ਗੱਲ ਗੱਲ ਕੀਤੀ ਗਈ ਸਤੀ ਸਾਹਿਬ ਦੇ ਨਾਲ ਟਿਕਟ ਵਾਲੀ ਗੱਲ ਜਿਆਦਾ ਜ਼ਰੂਰੀ ਸੰਜੀਵ ਜੀ ਤੁਹਾਨੂੰ ਲੱਗੇ ਤਾਂ ਆਪਾਂ ਮਾੜਾ ਜਿਹਾ ਕਿਰਨ 베ਦੀয়াল ਚੱਲ ਜੀਏ ਬਿਲਕੁਲ ਖੈਰ ਟਿਕਟ ਦੀ ਗੱਲ ਤਾਂ ਆਪਾਂ ਸਾਰੇ ਅੰਡਰਸਟੈਂਡ ਕਰਦੇ ਆ ਕਿ ਜਿੰਨਾ ਹੋ ਸਕੇ ਫ੍ਰੀ ਤੇ ਬਾਕੀ ਜੇ ਆ ਪੈਸੇ ਚਾਹੀਦਾ ਹੈ ਜਿਹੜਾ ਆਪਣੇ ਪਾਕਟ ਦੇ ਮੁਤਾਬਿਕ ਆਪਣੇ ਮਨ ਦੇ ਮੁਤਾਬਿਕ ਉੱਥੇ ਕੀ ਜਿਵੇਂ ਦਾਨ ਪਾਤਰ ਹੁੰਦਾ ਹੈ ਉੱਥੇ ਜ਼ਰੂਰ ਪਾਓ ਅਸੀਂ ਕੱਲ ਸਤੀ ਸਾਹਿਬ ਨੇ ਇਹ ਗੱਲ ਕੀਤੀ ਸੀਗੀ ਪੂਰਾ ਖੋਲ ਕੇ ਦੱਸਿਆ ਪਰ ਫਿਰ ਬਾਅਦ ਸਾਨੂੰ ਪਤਾ ਲੱਗਾ ਵੀ ਕਿਰਨ 베ਦੀ ਨੇ ਵੀ ਕੁਝ ਕਹਿ ਦਿੱਤਾ ਕਿਉਂਕਿ ਉਹ ਆਈ ਸੀਗੇ ਕਹਿੰਦੇ ਜੀ ਵੀ ਉਹਨਾਂ ਦੀ ਕੁਝ ਏਦਾਂ ਦੀ ਕਿਤਾਬ ਜਿਹੜੀ ਸੀਗੀ ਉਹ ਵਿਮੋਚਨ ਕਰਨ ਆਏ ਸੀ ਕਿਤਾਬ ਦਾ ਤੇ ਕਹਿੰਦੇ ਕਿ 12 ਵਜੇ ਦੇ ਨਾਲ ਜੋੜਿਆ ਹਾਂ ਸਿੱਖ ਪੰਥ ਦੀ ਗੱਲ ਕੀਤੀ ਹੈ ਉਹਨਾਂ ਨੇ ਤਾਂ ਵਾਕਈ ਸਾਰੇ ਜਥੇਬੰਦੀਆਂ ਨੇ ਔਰ ਸਾਰੇ ਲੀਡਰਸ ਨੇ ਉਹਨਾਂ ਨੂੰ ਬੜੇ ਮਤਲਬ ਕਰਾਰੇ ਜਵਾਬ ਦਿੰਦੇ ਨੇ ਕਿ ਤੁਹਾਨੂੰ ਸਿੱਖ ਇਤਿਹਾਸ ਦਾ ਕੀ ਪਤਾ ਹੈ ਅੱਛਾ ਮੈਨੂੰ ਇਹ ਅਲੱਦਾ ਕਿ ਇਹ ਜਿਹੜੇ ਨਾ ਇੱਕ ਪਾਰਟਿਕੂਲਰ ਵੇਵ ਆ ਜਿਹੜੀ ਇੱਕ ਅਸੀਂ ਕਹਿ ਲਈਏ ਕਿ ਨਾ ਇਕਮਨਲਿਜ਼ਮ ਵੱਲ ਬੜੀ ਛੇਤੀ ਚੱਲੇ ਜਾਂਦੀ ਹੈ ਮਤਲਬ ਕਿਸੇ ਧਰਮ ਵੱਲ ਬੜੀ ਛੇਤੀ ਚਲੇ ਜਾਂਦੇ ਬੀਜੇਪੀ ਵਾਲੇ ਮੈਨੂੰ ਇਹ ਨਹੀਂ ਸਮਝ ਆਉਂਦਾ ਕਿਉਂ ਜਾਂਦੇ ਆ ਇਹਨਾਂ ਕੋਲ ਸ਼ਾਇਦ ਇਹੀ ਇੱਕ ਅਸਤਰ ਸ਼ਸਤਰ ਹੈਗੇ ਨੇ ਜਿਹੜੇ ਚਲਾਉਂਦੇ ਨੇ ਕੋਈ ਧਰਮ ਕੋਈ ਵੀ ਆ ਇਤਿਹਾਸ ਕਿਸੇ ਦਾ ਵੀ ਆ ਉਹ ਉਹ ਉਹਨੂੰ ਤੁਸੀਂ ਪਹਿਲਾਂ ਪੜੋ ਤੇ ਫੇਰ ਗਾ ਲਓ 12 ਵਜੇ ਇਹਨਾਂ ਨੂੰ ਜੇ ਦੱਸਿਆ ਜਾਵੇ ਤੇ ਸਾਡੇ ਸਾਡੇ ਨੌਜਵਾਨ ਮੁਗਲ ਜਦੋਂ ਆਉਂਦੇ ਸੀਗੇ ਤੇ 12 ਵਜੇ ਰਾਤ ਨੂੰ ਜਨਾਨੀਆਂ ਚੱਕ ਕੇ ਲੈ ਜਾਂਦੇ ਸੀ ਤੇ ਉਹ ਰਾਤ ਨੂੰ ਗਰੀਲਾ ਯੁੱਧ ਕਰਦੇ ਸੀ 12 ਵਜੇ ਉਹਨਾਂ ਨਾਲ ਇਹ 12 ਵਜੇ ਦੇ ਨਾਲ ਐਸੋਸੀਏਸ਼ਨ ਸਾਡੀ ਤਾਂ ਆ ਪਰ ਉਹ ਇਤਿਹਾਸ ਪੜਿਆ ਹੋਵੇ ਤੇ ਫੇਰ ਹੀ ਪਤਾ ਲੱਗੇ ਇਹਨਾਂ ਨੂੰ ਗੱਲ ਇਹ ਹੀ ਹੈ ਨਾ ਜਿਹੜੇ ਇਤਿਹਾਸ ਪੜ੍ਹਦੇ ਨੇ ਇਤਿਹਾਸ ਜਾਣਦੇ ਨੇ ਕੰਪੈਰੀਟਿਵ ਸਟੱਡੀਜ਼ ਕਰਦੇ ਨੇ ਉਹ ਕਦੀ ਕਮੈਂਟ ਨਹੀਂ ਕਰਦੇ ਹੂੰ ਕਦੀ ਰਾਤ ਉਰੇ ਜਾਂਦੇ ਗੱਲ ਨਹੀਂ ਕਰਦੇ ਜਦੋਂ ਕਿਤੇ ਡਿਬੇਟ ਹੁੰਦੀ ਹੈ ਕੋਈ ਪਾਰਟਿਕੂਲਰ ਪੁਆਇੰਟ ਉੱਠਦੇ ਨੇ ਉਦੋਂ ਕਲੈਰੀਫਿਕੇਸ਼ਨਸ ਦਿੰਦੇ ਨੇ ਉਹ ਜਾ ਕੇ ਜਲਸਿਆਂ ਦੇ ਵਿੱਚ ਮਾਈਕ੍ਰੋਫੋਨਸ ਦੇ ਉੱਤੇ ਇਹੋ ਜਿਹੀਆਂ ਗੱਲਾਂ ਨਹੀਂ ਬੋਲਦੇ ਫਿਰਦੇ ਤੁਸੀਂ ਕਿਤਾਬ ਦਾ ਵੀ ਮੋਸ਼ਨ ਕਰਨਾ ਹੈ ਤਾਂ ਕਿਤਾਬ ਦਾ ਵੀ ਮੋਸ਼ਨ ਕਰੋ ਤੇ ਜਾਓ ਤੁਸੀਂ ਦੂਜੀਆਂ ਗੱਲਾਂ ਕਿਉਂ ਕਰਦੇ ਪਏ ਹੋ ਵਾਈ ਡੋਂਟ ਯੂ ਬੀ ਟੂ ਦਾ ਪੁਆਇੰਂਟ ਤੁਹਾਡੇ ਕੋਲ ਇੰਨਾ ਸਮਾਂ ਹੈ ਕਿ ਤੁਸੀਂ ਖਲੇਰਾ ਪਾ ਕੇ ਬਹਿ ਜਾਂਦੇ ਹੋ ਹਰ ਗੱਲ ਨਹੀਂ ਨਹੀਂ ਤੇ ਫਿਰ ਦੇਖੋ ਨਾ ਖਲੇਰਾ ਪਾਉਣ ਲਈ ਤਾਂ ਆਏ ਹੁੰਦੇ ਆ ਗੱਲ ਤੇ ਹੀ ਆਕਾਮਾ ਨੂੰ ਖੁਸ਼ ਵੀ ਤਾਂ ਕਰਨਾ ਹੀ ਆ ਬਿਲਕੁਲ ਪਰੇ ਕਿਤੇ ਨਾ ਕਿਤੇ ਮੈਨੂੰ ਲੱਗਦਾ ਕਿ ਧਰਮ ਬੜਾ ਡੈਲੀਕੇਟ ਮੁੱਦਾ ਹੁੰਦਾ ਚਾਹੇ ਮੇਰਾ ਧਰਮ ਹੋਵੇ ਤੁਹਾਡਾ ਧਰਮ ਆ ਕਿਸੇ ਧਰਮ ਦੇ ਉੱਤੇ ਕੁਝ ਵੀ ਨਹੀਂ ਟਿੱਪਣੀ ਕਰਨੀ ਚਾਹੀਦੀ ਧਰਮ ਇੱਕੋ ਹੀ ਇਨਸਾਨੀਅਤ ਸਾਰੇ ਧਰਮ ਇਨਸਾਨੀਅਤ ਸਿਖਾਉਂਦੇ ਨੇ ਇਨਸਾਨੀਅਤ ਧਰਮ ਹੈ ਔਰ ਕਿਸੇ ਵੀ ਧਰਮ ਦੇ ਉੱਤੇ ਕਿਸੇ ਵੀ ਜ਼ਾਤ ਦੇ ਉੱਤੇ ਪਾਸ਼ਾ ਉੱਤੇ ਇਲਾਕੇ ਉੱਤੇ ਕਿਸੇ ਨੂੰ ਕੁਝ ਕਹਿਣ ਦਾ ਹੱਕ ਨਹੀਂ ਕਿਉਂਕਿ ਸਾਡਾ ਸੰਵਿਧਾਨ ਇਸ ਗੱਲ ਦੀ ਇਜਾਜ਼ਤ ਨਹੀਂ ਦਿੰਦਾ ਠੀਕ ਹੈ ਚਲੋ ਜਿ세 ਐਸੇ ਹੀ ਉੱਤੇ ਕਿਉਂਕਿ ਮੈਂ ਦਿੱਲੀ ਜਾਣਾ ਫਿਰ ਮੈਂ ਜਲਦੀ ਜਾਣਾ ਹੈ ਤੁਹਾਡੀ ਵੋਲਵਾ ਨਿਕਲਦੀ ਭਈਆ ਚਲੋ ਜੀ ਤੁਹਾਡੇ ਤੋਂ ਲੈਨੇ ਆ ਜਿਆਦਾ ਤੁਸੀਂ ਦੇਖਦੇ ਰਹੋ ਪੰਜਾਬ ਮੇਲ ਯੂਐਸਟੀਵੀ ਸਤਿ ਸ਼੍ਰੀ ਅਕਾਲ ਜੀ